ਸਵਾਗਤ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਉਹਨਾਂ ਦੇ ਆਪਣੇ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਮੈਂ ਅਮਲੀਗਾ ਜੇ ਸਾਹਿਤ ਦੀ ਗੱਲ ਕਰੀਏ ਤੇ ਸਾਹਿਤ ਸਾਡੀ ਰੂਹ ਦੀ ਖੁਰਾਕ ਹੈ ਤੇ ਸਾਡੀ ਜ਼ਿੰਦਗੀ ਦਾ ਐਸਾ ਕੋਈ ਹਿੱਸਾ ਨਹੀਂ ਹੈ ਐਸਾ ਕੋਈ ਪਹਿਲੂ ਨਹੀਂ ਹੈ ਜਿਸ ਤੇ ਸਾਹਿਤ ਨਾ ਰਚਿਆ ਗਿਆ ਹੋਵੇ ਤੇ ਜਦੋਂ ਲੋਕ ਸਾਹਿਤ ਦੀ ਗੱਲ ਅਸੀਂ ਕਰੀਏ ਤੇ ਲੋਕ ਸਾਹਿਤ ਆਮ ਲੋਕਾਂ ਦੀ અભિવ્યਕਤੀ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਲੋਕ ਸਾਹਿਤ ਤੋਂ ਨੌਜਵਾਨ ਪੀੜ੍ਹੀ ਦੀ ਜੇ ਖਾਸ ਤੌਰ ਤੇ ਗੱਲ ਕਰੀਏ ਤੇ ਟੁੱਟਦੇ ਜਾ ਰਹੇ ਨੇ ਲੋਕ ਸਾਇਤ ਤੋਂ ਲੋਕ ਦੂਰ ਹੋ ਰਹੇ ਨੇ ਕੀ ਇਸ ਦੇ ਕਾਰਨ ਨੇ ਤੇ ਕੀ ਉਪਰਾਲੇ ਕੀਤੇ ਜਾ ਸਕਦੇ ਨੇ ਤੇ ਲੋਕ ਸਾਇਤ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ ਇਸ ਵਿਸ਼ੇ ਤੇ ਹੀ ਆ ਸਾਡੀ ਗੱਲਬਾਤ ਹੋਏਗੀ ਕਿ ਲੋਕ ਸਾਇਤ ਤੋਂ ਵਿਸਰਦੇ ਹੋਏ ਲੋਕ ਤੇ ਗੱਲਬਾਤ ਕਰਨ ਲਈ ਸਟੂਡੀਓ ਦੇ ਵਿੱਚ ਮੇਰੇ ਨਾਲ ਨੇ ਭੁਪਿੰਦਰ ਸਿੰਘ ਪੰਚੀ ਜੀ ਭੁਪਿੰਦਰ ਸਿੰਘ ਪੰਚੀ ਜੀ ਸਾਹਿਤਕਾਰ ਨੇ ਕਹਾਣੀਕਾਰ ਨੇ ਅਧਿਆਪਕ ਨੇ ਜਾਂ ਇੰਜ ਕਹਿ ਲੋ ਸਿੱਖਿਆ ਸ਼ਾਸਤਰੀ ਨੇ ਦੋ ਕਿਤਾਬਾਂ ਇਹਨਾਂ ਨੇ ਲਿਖਿਆ ਨੇ ਤੇ 150 ਤੋਂ ਵੱਧ ਇਹਨਾਂ ਦੇ ਆਰਟੀਕਲ ਵਕ-ਵਕ ਪੰਜਾਬੀ ਅਖਬਾਰਾਂ ਦੇ ਵਿੱਚ ਛਪ ਚੁੱਕੇ ਨੇ ਤੇ 골ਡ ਮੈਡਲਿਸਟ ਨੇ ਯੂਨੀਵਰਸਿਟੀ ਵੱਲੋਂ ਤੇ ਬਹੁਤ-ਬਹੁਤ ਤੁਹਾਡੇ ਸਟੂਡੀਓ ਦੇ ਵਿੱਚ ਸਵਾਗਤ ਕਰਦੇ ਹਾਂ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਲੋਕ ਸਾਹਿਤ ਦੀ ਅਸੀਂ ਗੱਲ ਕਰ ਰਹੇ ਹਾਂ ਤੇ ਤੁਹਾਡੇ ਤੋਂ ਸਭ ਤੋਂ ਪਹਿਲਾਂ ਇਹ ਹੀ ਸਮਝਦੇ ਹਾਂ ਕਿ ਲੋਕ ਸਾਹਿਤ ਕੀ ਹੈ ਮੇਗਾ ਜੀ ਮੇਰੇ ਸਮਝਾਂ ਪੇ ਲੋਕ ਸਾਹਿਤ ਇੱਕ ਬਹੁਤ ਵੱਡਾ ਉਪਰਾਹਲਾ ਹੈ ਹੂੰ ਹੂੰ ਲੋਕ ਭਾਵਨਾ ਨਾਲ ਜੁੜਿਆ ਹੋਇਆ ਮਸਲਾ ਹੈ ਤੇ ਲੋਕ ਸਾਹਿਤ ਦੀ ਜਦੋਂ ਅਸੀਂ ਗੱਲ ਕਰਾਂਗੇ ਨਾ ਤੇ ਲੋਕ ਸਾਹਿਤ ਦੇ ਵਿੱਚ ਇੱਕ ਬੜਾ ਬੜਾ ਖੂਬਸੂਰਤ ਇੱਕ ਪਰੰਪਰਾ ਹੈ ਕਿ ਉਹ ਪ੍ਰੋਗਰਾਮ ਦੇ ਇੱਕ ਮੰਗਲਾ ਚਰਣ ਹੁੰਦਾ ਹੈ ਹੂੰ ਮੰਗਲਾ ਚਰਣ ਦੇ ਵਿੱਚ ਹੁੰਦਾ ਹੈ ਕਿ ਉਹ ਪ੍ਰੋਗਰਾਮ ਜਿਹੜਾ ਉਹ ਮੰਗਲਾ ਚਰਣ ਦੇ ਨਾਲ ਹੀ ਸ਼ੁਰੂ ਕੀਤਾ ਜਾਂਦਾ ਹੈ ਤੇ ਮੈਂ ਚਾਹੁੰਦਾ ਕਿ ਮੈਂ ਵੀ ਇਹ ਜਿਹੜਾ ਪ੍ਰੋਗਰਾਮ ਹੈ ਮੰਗਲਾ ਚਰਣ ਦੇ ਨਾਲ ਬਿਲਕੁਲ ਜ਼ਰੂਰ ਕਰਾਂ ਜੀ ਜ਼ਰੂਰ ਪਹਿਲੇ ਮੰਗਲਾ ਚਰਣ ਇੱਕ ਲੋਕ ਗੀਤ ਰਹੀਂ ਜੀ ਤਰਤੀ ਜੇੜ ਗਰੀਬ ਨਾ ਕੋਈ ਤਰਤੀ ਜੇੜ ਗਰੀਬ ਨਾ ਕੋਈ ਇੰਦਰ ਜੇੜ ਨਾ ਦਾਤਾ ਬ੍ਰਹਮਾ ਜੇੜ ਪੰਡਤ ਨਹੀਂ ਕੋਈ ब्रह्मा जेड़ पंडित नहीं कोई सीता जेड़ न माता लक्ष्मण जेड़ जति ना कोई राम जेड़ नहीं पाता बाबे नानक जेड़ पगत ना कोई ਜਿਨਹਰ ਦਾ ਨਾਮ ਪਛਾਤਾ ਹੋ ਦੁਨੀਆ ਮਾਨ ਕਰੇਂਦੀ ਰੱਬ ਸਭਨਾ ਦਾ ਦਾਤਾ ਦੁਨੀਆ ਮਾਨ ਕਰੇਂਦੀ ਰੱਬ ਸਭਨਾ ਦਾ ਦਾਤਾ ਦੁਨੀਆ ਮਾਨਕ ਰੈਂਦੀ ਬਹੁਤ ਖੂਬ ਪੰਜੀ ਜੀ ਜੇ ਸ਼ੁਰੂਆਤ ਇੰਨੀ ਖੂਬਸੂਰਤ ਹੋਏ ਤੇ ਪ੍ਰੋਗਰਾਮ ਆਪਣੇ ਆਪ ਹੀ ਫਿਰ ਖੂਬਸੂਰਤ ਬਣ ਜਾਂਦਾ ਹੈ ਤੇ ਗੱਲਬਾਤ ਨੂੰ ਅੱਗੇ ਵਧਾਣੇ ਕਿ ਲੋਕ ਸਾਹਿਤ ਦੀ ਪਰਿਭਾਸ਼ਾ ਕੀ ਹੈ ਬਹੁਤ ਖੂਬਸੂਰਤ ਕੁਐਸਚਨ ਮੇਗਾ ਜੀ ਤੁਸੀਂ ਪੁੱਛਿਆ ਹੈ ਕਿ ਜਿਹੜਾ ਲੋਕ ਸਾਹਿਤ ਨਾ ਇੱਕ ਲੋਕ ਪ੍ਰਵਾਹ ਹੈ ਹੂੰ ਪੰਜਾਬ ਦਾ ਪੰਜਾਬ ਦੇ ਦਰਿਆ ਲੋਕ ਸਾਹਿਤ ਰਚਦੇ ਨੇ ਪੰਜਾਬ ਦੀਆਂ ਫਜ਼ਾਵਾਂ ਵਿੱਚ ਲੋਕ ਸਾਹਿਤ ਹੈ ਜੀ ਪੰਜਾਬ ਦੀਆਂ ਅਦਾਵਾਂ ਵਿੱਚ ਲੋਕ ਸਾਹਿਤ ਹੈ ਪੰਜਾਬ ਦੀਆਂ ਹਵਾਵਾਂ ਵਿੱਚ ਲੋਕ ਸਾਹਿਤ ਹੈ ਪੰਜਾਬ ਦੀਆਂ ਰੁੱਤਾਂ ਵਿੱਚ ਲੋਕ ਸਾਹਿਤ ਹੈ ਪੰਜਾਬ ਦੀਆਂ ਕੋਖਾਂ ਵਿੱਚ ਲੋਕ ਸਾਹਿਤ ਹੈ ਔਰ ਪੰਜਾਬ ਦੀਆਂ ਨਸਲਾਂ ਵਿੱਚ ਲੋਕ ਸਾਹਿਤ ਹੈ ਪੰਜਾਬ ਦੀਆਂ ਫਸਲਾਂ ਵਿੱਚ ਲੋਕ ਸਾਹਿਤ ਹੈ ਪੰਜਾਬ ਦੀ ਮਿੱਟੀ ਵਿੱਚ ਲੋਕ ਸਾਹਿਤ ਹੈ ਪੰਜਾਬ ਦੀਆਂ ਧੀਆਂ ਵਿੱਚ ਲੋਕ ਸਾਹਿਤ ਹੈ ਪੰਜਾਬ ਦੇ ਬਜ਼ੁਰਗਾਂ ਵਿੱਚ ਲੋਕ ਸਾਹਿਤ ਹੈ ਜਜ਼ਬਾਤੀ ਤੌਰ ਤੇ ਪੰਜਾਬੀ ਲੋਕ ਸਾਹਿਤ ਨੂੰ ਬਹੁਤ ਨਿਖਾਰਿਆ ਜਾ ਸਕਦਾ ਹੈ ਵੇਖਿਆ ਜਾ ਸਕਦਾ ਹੈ ਪਰ ਤਕਨੀਕੀ ਤੌਰ ਤੇ ਜੋ ਵਿਦਵਾਨਾਂ ਨੇ ਲੋਕ ਸਾਹਿਤ ਦੀ ਪਰਿਭਾਸ਼ਾ ਘੜੀ ਹੈ ਉਹ ਬੜੀ ਖੂਬਸੂਰਤ ਹੈ ਉਹਦੇ ਵਿੱਚ ਬਹੁਤ ਸਾਰੇ ਪਹਿਲੂ ਨੇ ਜਿਵੇਂ ਅਸੀਂ ਸ਼ਾਬਦਿਕ ਤੋਂ ਦੇਖ ਲਈਏ ਕਿ ਉਹ ਸਾਹਿਤ ਜਿਹੜਾ ਲੋਕਾਂ ਦਾ ਸਾਹਿਤ ਹੈ ਲੋਕਾਂ ਦੁਆਰਾ ਰਚਿਆ ਗਿਆ ਸਾਹਿਤ ਇੱਥੇ ਲਿਖਿਆ ਸ਼ਬਦ ਮੈਂ ਜ਼ਿੰਮੇਵਾਰੀ ਨਾਲ ਨਹੀਂ ਵਰਤ ਰਿਹਾ ਕਿਉਂਕਿ ਲੋਕ ਸਾਹਿਤ ਲਿਖਿਆ ਨਹੀਂ ਜਾਂਦਾ ਜੀ ਜੀ ਲੋਕ ਸਾਹਿਤ ਇੱਕ ਅਜਿਹਾ ਕਾਵ ਪ੍ਰਵਾਹ ਹੁੰਦਾ ਹੈ ਜਿਹੜਾ ਲੋਕਾਂ ਦੁਆਰਾ ਉਚਾਰਿਆ ਜਾਂਦਾ ਹੂੰ ਲੋਕमानस ਦੀ ਉਹ ਪ੍ਰਵਾਨਗੀ ਪਾਉਂਦਾ ਔਰ ਪੀੜੀ ਦਰ ਪੀੜੀ ਅਲਿਖਤ ਰੂਪ ਵਿੱਚ ਜੀ ਮੌਖਿਕ ਰੂਪ ਵਿੱਚ ਜਬਾਨੀ ਉਹ ਪੀੜੀ ਦਰ ਪੀੜੀ ਅੱਗੇ ਤੁਰਦਾ ਤੇ ਉਹ ਫਿਰ ਆਉਣ ਵਾਲੀਆਂ ਪੀੜੀਆਂ ਨੂੰ ਅੱਗੇ ਤਰ੍ਹਾਂ ਅਸ਼ਰਉਂਦਾ ਰਹਿੰਦਾ ਜੀ ਇਹਦੇ ਵਿੱਚ ਤਿੰਨ ਚਾਰ ਗੱਲਾਂ ਜਿਹੜੀਆਂ ਨੇ ਉਹ ਤਕਨੀਕੀ ਤੌਰ ਤੇ ਬਹੁਤ ਮਹੱਤਵਪੂਰਨਾਂ ਜਿਹੜੀਆਂ ਦੇਖਣ ਵਾਲੀਆਂ ਨੇ ਹੂੰ ਕਿ ਲੋਕ ਸਾਹਿਤ ਦਾ ਕੋਈ ਲੇਖਕ ਨਹੀਂ ਹੁੰਦਾ ਕੋਈ ਕਵਿਤਾ ਕੋਈ ਗੀਤ ਕੋਈ ਕਹਾਣੀ ਸਮੇਂ ਦੇ ਕਿਸੇ ਕਾਲਖੰਡ ਵਿੱਚ ਰਚੀ ਗਈ ਲਿਖੀ ਗਈ ਕਿ ਸੇ ਇੱਕ ਵਿਸ਼ੇਸ਼ ਲੇਖਕ ਦੋ ਰਹੀ ਲਿਖੀ ਗਈ ਜੀ ਪਰ ਉਹਦੀ ਰਚਨਾ ਜਿਹੜੀ ਆ ਉਹ ਲੋਕ ਤੱਤਾਂ ਨਾਲ ਇੰਨੀ ਜ਼ਿਆਦਾ ਜੁੜੀ ਹੁੰਦੀ ਆ ਇੰਨੀ ਸ਼ਰਸਾਰ ਹੁੰਦੀ ਆ ਵੀ ਉਹ ਹੌਲੀ 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 ਲੋਕਾਂ ਦੀ ਰਚਨਾ ਹੋ ਰਿਪੜਦੀ ਆ ਤੇ ਉਹ ਰਚਨਾ ਦਾ ਫਿਰ ਕੋਈ ਲੇਖਕ ਨਹੀਂ ਰਹਿ ਜਾਂਦਾ ਦੂਜਾ ਜਿਹੜਾ ਪੱਖ ਹੈ ਵੀ ਲੋਕ ਸਾਹਿਬ ਜਿਹੜਾ ਹੈ ਇਹ ਲੋਕ ਮਾਨਸ ਦੀ ਪ੍ਰਵਾਨਗੀ ਤੋਂ ਬਗੈਰ ਨਹੀਂ ਤੁਰਦਾ ਜੀ ਸਾਡੇ ਲੋਕ ਸਾਹਿਬ ਦੇ ਵਿੱਚ ਬਹੁਤ ਕੁਝ ਏਦਾਂ ਦਾ ਹੈ ਜਿਹਨੂੰ ਲੋਕ ਮਾਨਸ ਪ੍ਰਵਾਨ ਨਹੀਂ ਕਰਦਾ ਕੁਝ ਐਡੀਆਂ ਰੀਤੀਆਂ ਕੁਝ ਅਜਿਹੇ ਰਿਵਾਜ ਕਹੇ ਕੁਝ ਸੰਸਕ੍ਰਿਤ ਗੱਲਾਂ ਜਿਹੜੀਆਂ ਕਈ ਵਾਰੀ ਸਮਾਜ ਨੂੰ ਪ੍ਰਵਾਨ ਨਹੀਂ ਹੁੰਦੀਆਂ ਜੀ ਉਹ ਗੱਲਾਂ ਨੂੰ ਪੀੜੀ ਦਰ ਪੀੜੀ ਅੱਗੇ ਲੋਕਮਨੁਸ ਪ੍ਰਵਾਨ ਨਹੀਂ ਕਰਦਾ ਤੇ ਅੱਗੇ ਨਹੀਂ ਤੋਰਦਾ ਜੀ ਔਰ ਦੀਜੀਗਾ ਜਿਹੜਾ ਲੋਕ ਸਾਹਿਤ ਹੈ ਉਹ ਕਥਾਨਿਕ ਔਰ ਪੁਰਾਣੀਆਂ ਰੂੜੀਆਂ ਨੂੰ ਨਾਲ ਲੈ ਕੇ ਚੱਲਦਾ ਸੋ ਉਹ ਸਾਹਿਤ ਹੈ ਜਿਹੜਾ ਲੋਕਮਨੁਸ ਦੀ ਪ੍ਰਵਾਨਗੀ ਪਾਉਂਦਾ ਜੀ ਆਪਣੀਆਂ ਪਰੰਪਰਾਵਾਂ ਨੂੰ ਨਾਲ ਲੈ ਕੇ ਤੁਰਦਾ ਔਰ ਅਲਿਖਤੀ ਰੂਪ ਵਿੱਚ ਅੱਗੇ ਤੁਰਦਾ ਜਿਹੜਾ ਲਿਖਿਆ ਨਹੀਂ ਜਾਂਦਾ ਜਿਵੇਂ ਮੈਂ ਇੱਕ ਇੱਕ ਬੋਲੀ ਦੀ ਤੁਹਾਨੂੰ ਐਗਜ਼ਾਮਪਲ ਦੇ ਕੇ ਦੱਸਦਾ ਜੀ ਜ਼ਰੂਰ ਕਿ ਜਿਵੇਂ ਜੇ ਕਹੋ ਤੁਸੀਂ ਤਾਂ ਮੈਂ ਗੁੰਗੜਾ ਦੇ ਆ ਜੀ ਜ਼ਰੂਰ ਜ਼ਰੂਰ ਅ ਸੱਸ ਦੀ ਗੱਲ ਹੋ ਰਹੀ ਆ ਤੇ ਨੂੰਹ ਦੀ ਗੱਲ ਹੋ ਰਹੀ ਆ ਤੇ ਕਿੱਦੇ ਵਿੱਚ ਬੋਲੀ ਪਾ ਰਹੀ ਆ ਜੀ ਹੁ ਕਦੇ ਹੂੰ ਕਰਕੇ ਕਦੇ ਹਾਂ ਕਰਕੇ ਕਦੇ ਹੂੰ ਕਰਕੇ ਕਦੇ ਹਾਂ ਕਰਕੇ ਢੇੜਾ ਦੇ ਦੇ ਨੀ ਮੁਟਿਆਰੇ ਲੰਮੀ ਬਾਤ ਕਰਕੇ ਗੇੜਾ ਦੇ ਦੇ ਨੀ ਮੁਟਿਆਰੇ ਲੰਮੀ ਬਾਹ ਕਰਕੇ ਜਦੋਂ ਅਸੀਂ ਉਸ ਮੁਟਿਆਰ ਨੂੰ ਪੁੱਛਣਾ ਕਿ ਬੀਬਾ ਜੀ ਤੁਸੀਂ ਇਹ ਬੋਲੀ ਕਿੱਥੋਂ ਸਿੱਖੀ ਹੈ ਹੂੰ ਉਹਨੇ ਕਿਹਾ ਜੀ ਮੈਂ ਤੇ ਆਪਣੀ ਦਾਦੀ ਤੋਂ ਸਿੱਖੀ ਸੀ ਅੱਜ ਤੋਂ 35-40 ਸਾਲ ਪਿੱਛੇ ਚਲੇ ਜਾਈਏ ਜੀ ਇਹ ਤੇ ਜੀ ਆਪਣੀ ਅਸੀਂ ਦਾਦੀ ਕੋਲ ਸਿੱਖੀ ਸੀ ਨਾਨੀ ਕੋ ਸਿੱਖੀ ਸੀ ਮਾਸੀ ਕੋ ਸਿੱਖੀ ਸੀ ਜਦੋਂ ਅਸੀਂ ਨਾਨੀ ਨੂੰ ਜਾ ਕੇ ਪੁੱਛਣਾ ਜਾਂ ਦਾਦੀ ਨੂੰ ਸੁਖਣਾ ਵੀ ਦਾਦੇ ਜੀ ਤੁਸੀਂ ਕਿੱਥੋਂ ਇਹ ਬੋਲੀ ਸਿੱਖੀ ਉਹਨਾਂ ਨੇ ਕਿਹਾ ਮੈਂ ਆਪਣੀ ਦਾਦੀ ਕੋ ਸਿੱਖੀ ਸੀ ਮੈਂ ਆਪਣੀ ਨਾਨੀ ਕੋ ਸਿੱਖੀ ਸੀ ਮੈਂ ਆਪਣੇ ਵੱਡੇ ਵੱਡੇ ਰਿਆ ਕੋ ਸਿੱਖੀ ਸੀ ਇਹਦਾ ਮਤਲਬ ਕਿ ਉਹ ਲੋਕ ਬੋਲੀਆਂ ਉਹ ਲੋਕ ਸਾਹਿਤ ਪੀੜੀਦਰ ਪੀੜੀ ਤੁਰਿਆ ਆ ਲੋਕ ਮਾਨਸ ਦੀ ਪਰਵਾਣਗੀ ਪਾ ਕੇ ਤੁਰਿਆ ਆ ਜਿਹਦਾ ਕੋਈ ਲੇਖਕ ਨਹੀਂ ਆ ਸਾਡੇ ਲੋਕ ਸਾਹਿਤ ਦੀ ਸਭ ਤੋਂ ਵੱਡੀ ਪਾਕੀਜ਼ਗੀ ਤੇ ਸਾਡੇ ਲੋਕ ਸਾਹਿਤ ਦੀ ਸਭ ਤੋਂ ਵੱਡੀ ਅਮੀਰਤਾ ਹੀ ਇਹੋ ਹੈ ਕਿ ਲੋਕ ਸਾਹਿਤ ਲੋਕਾਂ ਦਾ ਪ੍ਰਵਾਹ ਹੁੰਦਾ ਇੱਕ ਦਰਿਆ ਵਾਂਗ ਤੁਰਦਾ ਬਿਲਕੁਲ ਸਹੀ ਸੁੰਦਰ ਬੰਗ ਖੜਦਾ ਨਹੀਂ ਆ ਔਰ ਲੋਕਾਂ ਦੀਆਂ ਸਾਰੇ ਪ੍ਰਕਾਰ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹਨੂੰ ਨਾਲ ਲੈ ਕੇ ਤੁਰਦਾ ਪੀੜੀਦਰ ਪੀੜੀ ਤੁਰਦਾ ਤੇ ਲੋਕ ਸਾਹਿਤ ਦੀ ਅਸੀਂ ਗੱਲ ਕਰ ਰਹੇ ਹਾਂ ਤੇ ਇਹ ਵੀ ਤੁਹਾਡੇ ਤੋਂ ਜ਼ਰੂਰ ਜਾਣਾਂਗੇ ਤੇ ਸਮਝਾਂਗੇ ਕਿ ਲੋਕ ਸਾਹਿਤ ਤੇ ਵਿਸ਼ਿਸ਼ਟ ਸਾਹਿਤ ਇਹਦੇ ਵਿੱਚ ਕੀ ਅੰਤਰ ਹੈ ਲੋਕ ਸਾਹਿਤ ਤੇ ਵਿਸ਼ਿਸ਼ਟ ਸਾਹਿਤ ਵਿੱਚ ਬਹੁਤ ਟੀਰਸਾ ਅੰਤਰ ਹੈ ਜਿਵੇਂ ਮੈਂ ਲੋਕ ਸਾਹਿਤ ਨੂੰ ਪਰਿਭਾਸ਼ਿਤ ਕਰਦੇ ਆ ਤੁਹਾਨੂੰ ਦੱਸਿਆ ਕਿ ਇਹ ਆਪਣੀ ਲੋਕ ਪਰੰਪਰਾ ਨੂੰ ਨਾਲ ਲੈ ਕੇ ਚੱਲਦਾ ਹੈ ਇਹ ਫੜੀ ਦਰ ਪੀੜੀ ਚੱਲਦਾ ਹੈ ਮੌਖਿਕ ਰੂਪ ਵਿੱਚ ਚੱਲਦਾ ਹੈ ਵਿਸ਼ਿਸ਼ਟ ਸਾਹਿਤ ਉਹ ਹੁੰਦਾ ਹੈ ਜਿਸ ਸਾਹਿਬ ਦੇ ਉੱਪਰ ਕਿਸੇ ਵਿਅਕਤੀ ਵਿਸ਼ੇਸ਼ ਦੀ ਮੋਹਰ ਲੱਗੀ ਹੁੰਦੀ ਹੈ ਹਮ ਕਿ ਆ ਜਿਹੜਾ ਲਾਵਲ ਹੈ ਇਹ ਗੁਰਦੇਵਾਲ ਸਿੰਘ ਉਹਨਾਂ ਜਿਹਦਾ ਲਿਖਿਆ ਹੋਇਆ ਅੱਛਾ ਇਹ ਕਹਾਣੀ ਸਿਨਹਾ ਅਮਰਤਾ ਪੀਤਮ ਜੀ ਦਾ ਲਿਖਿਆ ਹੋਇਆ ਇਹ ਕਵਿਤਾ ਸਿੰਘ ਰਾਜ ਸੁਜੀਤ ਪਾਤਰ ਜੀ ਦਾ ਲਿਖਿਆ ਹੋਇਆ ਯਾਨੀ ਉਹ ਕਿਤਾਬ ਉਹ ਸਾਹਿਤ ਉਹ ਪੁਸਤਕ ਜਿਹਦੇ ਉੱਪਰ ਕਿਸੇ ਲੇਖਕ ਦਾ ਨਾਮ ਹੋਵੇ ਔਰ ਜਿਹੜੀ ਪੁਸਤਕ ਪੀੜੀਦਰ ਪੀੜੀ ਮੌਖਿਕ ਰੂਪ ਚ ਨਹੀਂ ਤੁਰਨੀ ਉਹ ਪੀੜੀਦਰ ਪੀੜੀ ਮੌਖਿਕ ਰੂਪ ਚ ਨਹੀਂ ਤੁਰਨੀ ਉਹ ਇੱਕ ਤੋਂ ਦੂਜੀ ਪੀੜੀ ਤੱਕ ਲਿਖਤੀ ਰੂਪ ਵਿੱਚ ਪਹੁੰਚਣੀ ਆ ਉਹ ਸਾਹਿਤ ਜਿਹੜਾ ਕਿਸੇ ਲੇਖਕ ਦੁਆਰਾ ਲਿਖਿਆ ਹੁੰਦਾ ਕਿਤਾਬ ਦੇ ਬਾਹਰ ਕਿਸੇ ਲੇਖਕ ਦਾ ਨਾਮ ਹੁੰਦਾ ਉਸ ਸਾਹਿਤ ਨੂੰ ਵਿਸ਼ਿਸ਼ਟ ਸਾਹਿਤ ਕਿਹਾ ਜਾਂਦਾ ਹੈ ਜੀ ਪਰ ਲੋਕ ਸਾਹਿਤ ਜਿਹੜਾ ਉਹ ਵਿਸ਼ਿਸ਼ਟ ਸਾਹਿਤ ਦੀ ਸ਼ੈਲੀ ਤੋਂ ਬਿਲਕੁਲ ਬਾਹਰ ਹੁੰਦਾ ਕਈ ਵਾਰੀ ਇਹ ਗੱਲ ਪ੍ਰਵਾਨ ਕਰ ਲਈ ਜਾਂਦੀ ਹੈ ਪੀ ਜਿਹੜਾ ਲੋਕ ਸਾਹਿਤ ਹੈ ਉਹਦੇ ਵਿੱਚ ਬૌਧਿਕ ਅੰਸ਼ ਤੇ ਵਿਵੇਕਸ਼ੀਲ ਅੰਸ਼ ਘੱਟ ਹੁੰਦਾ ਹੈ। ਹੂੰ ਤੇ ਉਹ ਇੱਕ ਨਿੱਤਰੇ ਹੋਏ ਪਾਣੀ ਵਰਗਾ ਨਹੀਂ ਹੁੰਦਾ। ਵਗਦੇ ਦਰਿਆ ਵਰਗਾ ਹੁੰਦਾ ਹੈ। ਪਰ ਜਿਹੜਾ ਵਿਸ਼ੇਸ਼ ਸਾਹਿਤ ਹੈ ਉਹਦੇ ਵਿੱਚ ਬૌਧਿਕ ਅੰਸ਼ ਤੇ ਵਿਵੇਕਸ਼ੀਲ ਅੰਸ਼ ਜ਼ਿਆਦਾ ਹੁੰਦਾ ਹੈ। ਲੇਖਕ ਦਾ ਆਪਣਾ ਨਜ਼ਰੀਆ ਹੁੰਦਾ ਹੈ। ਸਾਹਿਤ ਸਾਡੇ ਸਮਾਜ ਵਿੱਚ ਵਾਪਰ ਰਹੇ ਪਦਾਰਥਿਕ, ਬૌਧਿਕ ਤੇ ਵਿਵੇਕਸ਼ੀਲ ਵਰਤਾਰਿਆਂ ਦਾ ਪ੍ਰਤੀਬਿੰਬ ਹੁੰਦਾ ਹੈ। ਹੂੰ ਪਰ ਨੋ ਡਾਊਟ ਬਿਨਾਂ ਕਿਸੇ ਚੀਜ਼ ਤੋਂ ਇਹ ਗੱਲ ਕਹੀ ਜਾ ਸਕਦੀ ਹੈ ਕਿ ਲੋਕ ਸਾਹਿਤ ਵਿੱਚ ਵੀ ਇਹ ਸਭ ਕੁਝ ਹੁੰਦਾ ਹੈ। ਹੂੰ ਹੂੰ ਪਰ ਲੋਕ ਸਾਹਿਤ ਵਿੱਚ ਉਹ ਨਿੱਤਰੇ ਪਾਣੀ ਵਰਗਾ ਨਹੀਂ ਹੁੰਦਾ ਲੋਕ ਸਾਹਿਤ ਇੱਕ ਪ੍ਰਵਾਹ ਹੁੰਦਾ ਵਗਦੇ ਦਰਿਆ ਵਰਗਾ ਪਰ ਜਿਹੜਾ ਵਿਸ਼ਿਸ਼ ਸਾਹਿਤ ਉਹਦੇ ਵਿੱਚ ਲੇਖਕ ਇੱਕ ਸੋਚ ਕੇ ਸਮਝ ਕੇ ਕਿਸੇ ਪ੍ਰਵਿਰਤੀ ਨੂੰ ਕਿਸੇ ਸਮਾਜਿਕ ਵਰਤਾਰੇ ਨੂੰ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਕੋਈ ਸਾਹਿਤ ਲਿਖਦਾ ਹੈ ਤੇ ਉਹ ਵਿਸ਼ਿਸ਼ ਸਾਹਿਤ ਹੁੰਦਾ ਜੀ ਤੇ ਬੜੀ ਖੂਬਸੂਰਤੀ ਦੇ ਨਾਲ ਤੁਸੀਂ ਸਮਝਾਇਆ ਤੇ ਇਹ ਵੀ ਜ਼ਰੂਰ ਅਸੀਂ ਸਮਝਾਂਗੇ ਕਿ ਲੋਕ ਸਾਹਿਤ ਦੀ ਲਗਾਤਾਰ ਅਸੀਂ ਗੱਲ ਕਰ ਰਹੇ ਹਾਂ ਤੇ ਲੋਕ ਸਾਹਿਤ ਦੀਆਂ ਕਿਸਮਾਂ ਕਿਹੜੀਆਂ ਨੇ ਬਿਲਕੁਲ ਜੀ ਲੋਕ ਸਾਹਿਤ ਦੀਆਂ ਮੇਗਾ ਜੀ ਉਨੀਆਂ ਹੀ ਕਿਸਮਾਂ ਨੇ ਹਮ ਜਿੰਨੇ ਲੋਕ ਨੇ ਅੱਛਾ ਇਨੀਆਂ ਕਿਸਮਾਂ ਨੇ ਸਾਰੇ ਸੰਸਾਰ 'ਚ ਵਸਦੀਆਂ ਵੱਖ-ਵੱਖ ਜਾਤੀਆਂ ਧਰਮਾਂ ਸਮਾਜਾਂ ਦੇ ਲੋਕਾਂ ਦਾ ਆਪਣਾ ਆਪਣਾ ਲੋਕ ਸਾਹਿਤ ਹੈ ਹਮ ਔਰ ਜਿੰਨੇ ਸਮਾਜ ਵਿੱਚ ਜਿੰਨੇ ਲੋਕ ਰਹਿ ਰਹੇ ਨੇ ਉਨੀਆਂ ਹੀ ਉਹਨਾਂ ਦੀਆਂ ਕਿਸਮਾਂ ਨੇ ਪਰ ਜੋ ਕਿਸਮ ਕਿਉਂਕਿ ਪੰਜਾਬੀ ਲੋਕ ਸਾਹਿਤ ਦੇ ਬਾਰੇ ਇੱਕ ਗੱਲ ਕਹੀ ਜਾਂਦੀ ਹੈ ਸ਼ਾਇਦ ਦਵਿੰਦਰ ਸਤਿਆਰਥ ਜੀ ਦਾ ਇਹ ਵਿਚਾਰ ਹੈ ਕਿ ਪੰਜਾਬੀ ਜਿਹੜਾ ਉਹ ਲੋਕ ਸਾਹਿਤ ਚ ਲੋਕ ਗੀਤਾਂ ਚ ਜਨਮ ਲੈਂਦਾ ਹੂੰ ਹੂੰ ਪੰਜਾਬੀ ਸਾਹਿਤ ਚ ਦੇ ਪੰਜਾਬੀ ਲੋਕ ਗੀਤਾਂ ਚੋਂ ਜਨਮ ਹੁੰਦਾ ਹੈ ਪੰਜਾਬੀ ਲੋਕ ਗੀਤਾਂ ਚ ਉਹਦਾ ਵਿਆਹ ਹੁੰਦਾ ਹੈ ਹੂੰ ਹੂੰ ਔਰ ਪੰਜਾਬੀ ਲੋਕ ਗੀਤਾਂ ਚ ਉਹ ਮਰ ਜਾਂਦਾ ਹੈ ਤੇ ਉਹਦਾ ਅੰਤਮ ਸੰਸਕਾਰ ਵੀ ਪੰਜਾਬੀ ਲੋਕ ਗੀਤਾਂ ਚ ਹੀ ਹੁੰਦਾ ਹੈ ਸਹੀ ਲੋਕ ਗੀਤ ਨਹੀਂ ਕਿਸਮਤ ਜਿਹੀ ਗੱਲ ਕਰੀਏ ਤੇ ਸਭ ਤੋਂ ਪਹਿਲੇ ਮੈਂ ਸੋਚਦਾ ਕਿ ਸਾਡਾ ਜਦੋਂ ਅਸੀਂ ਜਨਮ ਹੁੰਦਾ ਪੰਜਾਬੀ ਸਾਹਿਤ ਚ ਤੇ ਜਨਮ ਨਾਲ ਸੰਬੰਧਿਤ ਬਹੁਤ ਸਾਰੇ ਗੀਤ ਨੇ ਸਾਡੇ ਕੋਲ ਜਿਵੇਂ ਬੱਚਾ ਜਨਮ ਲਿਆ ਬਚਪਨ ਉਹਦਾ ਆ ਗਿਆ ਮੈਂ ਤੁਹਾਡਾ ਇਹਨੂੰ ਇੱਕ ਇੱਕ ਸੀਰੀਜ਼ ਦੀ ਤਰ੍ਹਾਂ ਬਣਾਉਣ ਦੀ ਕੋਸ਼ਿਸ਼ ਕਰਦਾ ਜੀ ਬਿਲਕੁਲ ਬਿਲਕੁਲ ਕਿ ਜਦੋਂ ਪੰਜਾਬੀ ਦਾ ਜਨਮ ਹੋਇਆ ਕਿਸੇ ਦਾ ਪੰਜਾਬੀ ਦਾ ਜਦੋਂ ਜਨਮ ਹੋਇਆ ਤੇ ਉਹ ਜਦੋਂ ਬਚਪਨ ਚ ਉਹ ਬੱਚਾ ਜਦੋਂ ਜਨਮ ਲੈਂਦਾ ਤੇ ਸਾਡੀਆਂ ਨਾਨੀਆਂ ਚਾਚੀਆਂ ਤਾਈਆਂ ਮਾਸੀਆਂ ਲੋਰੀਆਂ ਲੈ ਕੇ ਆ ਜਾਂਦੀਆਂ ਉਹ ਇਹਨੂੰ ਚੱਕ ਲੈ 마ਸੀ ਨੀ ਉਹ ਇਹਨੂੰ ਚੱਕ ਲੈ 마ਸੀ ਨੀ ਤੇਰੀ ਸੋਹਣੀ ਹਾਸੀ ਨੀ ਉਹ ਮੇਰਾ ਕੁੱਕੂ ਰਾਣਾ ਰੋਂਦਾ ਕੀ ਬਾਤ ਹੈ ਹਾਏ ਮੈਂ ਮਰ ਗਈ ਰੋਣਾ ਔਰ ਦੇਖੋ ਸਾਡੀ ਜਿਹੜੀਆਂ ਬਜ਼ੁਰਗ ਪੀੜੀਆਂ ਨੇ ਨਾ ਜਦੋਂ ਉਹਨਾਂ ਦੇ ਘਰ ਔਲਾਦ ਪੈਦਾ ਹੁੰਦੀ ਹੈ ਜਾਂ ਪੋਤ ਪੋਤੇ ਦੋਦੇ ਦੋਤੀਆਂ ਪੈਦਾ ਹੁੰਦੇ ਆ ਤੇ ਕਹਿੰਦੇ ਉਹਨਾਂ ਨੂੰ ਵੀ ਜਵਾਨੀ ਚੜਦੀ ਹੈ ਔਰ ਉਹਦੇ ਨਾਲ ਸੰਬੰਧਤ ਬਚਪਨ ਦਾ ਗੀਤ ਇਹ ਨੂੰ ਚੱਕ ਲੈ ਨਾਨੀ ਨੀ ਇਨੂੰ ਚੱਕ ਲੈ ਨਾਨੀ ਨੀ ਤੈਨੂੰ ਚੜੇ ਜਵਾਨੀ ਨੀ ਮੇਰਾ ਕੁੱਕੂ ਰਾਣਾ ਰੋਂਦਾ ਹਾਏ ਮੈਂ ਵਰਗੀ ਰੋਂਦਾ ਫੇਰ ਸਾਡੇ ਭੂਆ ਜੀ ਆ ਗਏ ਇਹਨੂੰ ਚੱਕ ਲੈ ਭੂਆ ਨੀ ਤੇਰਾ ਦੁਪੱਟਾ ਸੂਆ ਨੀ ਮੇਰਾ ਕੁੱਕੂ ਰਾਣਾ ਰੋਂਦਾ ਸੋ ਇਹਦੇ ਬਚਪਨ ਨਾਲ ਸੰਬੰਧਿਤ ਗੀਤ ਫੇਰ ਸਾਡੀ ਕਿੱਕਲੀ ਆ ਗਈ ਸਾਡੀਆਂ ਧੀਆ ਛੋਟੀਆਂ ਬੱਚੀਆਂ ਜਦੋਂ ਖੇਡਦੀਆਂ ਨੇ ਉਹ ਗੀਤ ਗਾਉਂਦੀਆਂ ਨੇ ਕਿੱਕ ਲਈ ਕਲੀਰ ਦੀ ਪੱਗ ਮੇਰੇ ਵੀਰ ਦੀ ਠੀਕ ਹੈ ਨਾ ਦੁਪੱਟਾ ਮੇਰੇ ਭਾਈ ਦਾ ਸਿਰ ਤੇ ਸਜਾਈ ਦਾ ਸੋ ਇਹ ਗੀਤ ਇਹ ਦੇਖੋ ਹੁਣ ਇਹ ਜਨਮ ਨਾਲ ਸੰਬੰਧਿਤ ਗੀਤ ਹੋ ਗਏ ਹੁਣ ਕੀ ਹੋਇਆ ਸਾਡੇ ਬੱਚੇ ਹੌਲੀ-ਹੌਲੀ ਜਵਾਨ ਹੋ ਗਏ ਜਵਾਨ ਹੋ ਗਏ ਤੇ ਫਿਰ ਅਸੀਂ ਹੁਣ ਉਹਨਾਂ ਦੇ ਵਿਆਹ ਦੀ ਗੱਲ ਸੁਣਨੀ ਆ ਸਾਡੀ ਧੀ ਸਾਡੀ ਮੁਟਿਆਰ ਸਾਡੀ ਭੈਣ ਜਦੋਂ ਜਵਾਨ ਹੁੰਦੀ ਹੈ ਤੇ ਉਹਦੇ ਫਾਦਰ ਸਾਹਿਬ ਦੇ ਮਾਰਗਸ਼ ਕੀ ਆਉਂਦਾ ਜਦੋਂ ਗਿੱਧੇ ਵਿੱਚ ਇੱਕ ਬੋਲੀ ਪਾਉਂਦੀ ਹੈ ਕਿ ਫਿਰ ਉਸੇ ਫਾਦਰ ਨੂੰ ਫਿਕਰ ਹੁੰਦਾ ਕਿ ਹੁਣ ਵਿਆਹ ਕਰਨਾ ਹੈ 15 ਬਰਸ ਦੀ ਹੋ ਗਈ ਜੈ ਕੁਰੇ ਸਾਲ 16ਵਾਂ ਚੜਿਆ 15 ਬਰਸ ਦੀ ਹੋ ਗਈ ਜੈ ਕੁਰੇ ਸਾਲ 16ਵਾਂ ਚੜਿਆ ਹਮ ਹਮਾਕੇ ਚੜੀ ਜਵਾਨੀ ਨਾਲ ਗੁਸ਼ਕ ਦਾ ਲੜਿਆ ਹੋ ਬਾਪੂ ਦੇ ਨੇ ਅੱਖ ਪੇਸ਼ਾਣੀਓ ਬਾਪੂ ਦੇ ਨੇ ਅੱਖ ਪੇਸ਼ਾਣੀ ਲੇ ਪੰਡਤਾ ਕਰ ਵੜਿਆ ਪੰਡਤਾ ਖੋਲ ਪਤਰੀ দান ਦਿਊਗਾ ਸਰਿਆ ਪੰਡਤਾ ਖੋਲ ਪਤਰੀ দান ਦਿਊਗਾ ਸਰਿਆ ਪੰਡਤਾ ਖੋਲ ਪਤਰੀ ਕੀ ਬਾਤ ਆ ਫਿਰੋ ਪੰਡਤ ਜੀ ਆਉਂਦੇ ਨੇ ਕਿਉਂਕਿ ਪੰਡਤ ਜੀ ਸਾਡੇ ਸਮਾਜ ਦਾ ਇੱਕ ਅਜਿਹਾ ਪਖ ਹੈ ਜਿਹੜੇ ਅਜ ਤੋਂ 30 35 ਸਾਲ ਪਹਿਲੇ ਚਲੇ ਜਾਈਏ ਪਿੱਛੇ ਵਿਆਹ ਹੀ ਉਹ ਕਰਾਉਂਦੇ ਸੀਗੇ ਸਾਰੇ ਬਿਲਕੁਲ ਸਾਰੇ ਸਵਾਜ ਦੇ ਇੱਕ ਧਰਮ ਨਿਰਪੱਖਤਾ ਦੇ ਨਾਲ ਜੀ ਉਹ ਫਿਰ ਪੰਡਤ ਕਹਿੰਦਾ ਕਿ ਤੈਨੂੰ ਪੰਡਤ ਨੂੰ ਮੈਦਾਨ ਪਈ ਪੂਰਾ ਦੇਵਾਂਗਾ ਤੂੰ ਮੇਰੀ ਬੇਟੀ ਵਾਸਤੇ ਅੱਛਾ ਵਰ ਲੈ ਵਰ ਲਿਆ ਫਿਰ ਹੁਣ ਵਿਆਹ ਆ ਗਿਆ ਹੁਣ ਜਨਮ ਤੋਂ ਅਸੀਂ ਜਵਾਨੀ ਤੱਕ ਆਏ ਵਿਆਹ ਦੀ ਗੱਲ ਹੋ ਗਈ ਹੁਣ ਵਿਆਹ ਨਾਲ ਜੁੜੇ ਜੜੇ ਆਉ ਗੀਤ ਆ ਜੀ ਵਿਆਹ ਨਾਲ ਜੜੇ ਗੀਤ ਜੜੇ ਆ ਜਦੋਂ ਅਸੀਂ ਫਿਰ ਸਾਡੇ ਬੇਟੇ ਦਾ ਵਿਆਹ ਆ ਗਿਆ ਉਹਦੇ ਵਿੱਚ ਜਦੋਂ ਅਸੀਂ ਫਿਰ ਗਾਉਣੀ ਆ ਸਾਡੇ ਸੁਹਾਗ ਹੋਣੇ ਨੇ ਸਾਡੀਆਂ ਘੋੜੀਆਂ ਹੋਣੀਆਂ ਨੇ ਔਰ ਮੈਂ ਇੱਕ ਪੇਸ਼ ਕਰਦਾ ਉਹਦੀ ਜੀ ਜੋ ਗੀਤੋਂ ਕਿ ਮੁੰਡੇ ਦੇ ਵਿਆਹ ਚ ਜੀ ਜਦੋਂ ਚੜਿਆ ਵੀਰਾ ਕੋੜੀ ਵੇ ਤੇਰੇ ਨਾਲ ਪਰਾਮਾਂ ਦੀ ਜੋੜੀ ਵੇ ਲਟਕੇਂਦੇ ਵਾਲ ਸੁਨੇਂ ਦੀਆਂ ਲੜੀਆਂ ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜੇ ਨੀਆ ਸੋਹਣਾ ਵੀਰਾ ਮੈਂ ਤੈਨੂੰ ਘੋੜੀ ਚੜੇ ਨੀਆ ਤੇ ਜਦੋਂ ਉਹਦੇ ਵਿਆਹ ਦੀ ਤਿਆਰੀ ਹੁੰਦੀ ਹੈ ਔਰ ਜਦੋਂ ਉਹਦਾ ਜਨਮ ਹੁੰਦਾ ਸਾਡੇ ਪੰਜਾਬੀ ਲੋਕ ਸਾਹਿ ਦੇ ਖੇਤਰ ਵਿੱਚ ਜਦੋਂ ਪੁੱਤ ਜੰਮਦਾ ਹੈ ਤੇ ਉਹਦੀ ਇੱਕ ਵਿਸ਼ੇਸ਼ ਖੁਸ਼ੀ ਹੁੰਦੀ ਹੈ ਹੁਣ ਤੇ ਬੜੀ ਚੰਗੀ ਗੱਲ ਆ ਕਿ ਸਾਡੇ ਸਮਾਜ ਵਿੱਚ ਬਦਲਾਅ ਆ ਰਿਹਾ ਔਰ ਧੀਆਂ ਦੇ ਜਨਮ ਨੂੰ ਵੀ ਬਹੁਤ ਜੀ ਅਸੀਂ ਵਧੀਆ ਤਰੀਕੇ ਨਾਲ ਲੈ ਰਹੇ ਆਂ ਸਾਧਾ ਆਤਮਿਕ ਤਰੀਕੇ ਨਾਲ ਲੈ ਰਹੇ ਆਂ ਸਿਹਤਮੰਦ ਤਰੀਕੇ ਨਾਲ ਲੈ ਰਹੇ ਆਂ ਔਰ ਉਹ ਇੱਕ ਚੰਗੀ ਗੱਲ ਆ ਪਰ ਪੁੱਤ ਦੇ ਮਾਮਲੇ 'ਚ ਹਰਿਆਣੀ ਪੈਣੇ ਹਰਿਆਣੀ ਮਾਏ ਹਰਿਆਣੀ ਪੈਣੇ ਹਰਿਆਣੀ ਮਾਏ ਜਿੱਤ ਦਿਹਾੜੇ ਮੇਰਾ ਹਰਿਆਣੀ ਜੰਮਿਆ ਸੋਯੋ ਦਿਹਾੜਾ ਪਾਗੀ ਪਰਿਆਨੀ ਪਹਿਣ ਹਰਿਆਣੀ ਪਹਿਣ ਪਰਿਆਨੀ ਪਹਿਣ ਹਰਿਆਣੀ ਪਹਿਣ ਪਰਿਆਨੀ ਪਹਿਣ ਜਿੱਤ ਦਿਹਾੜੇ ਮੇਰਾ ਹਰਿਆਣੀ ਜੰਮਿਆ ਸੋਯੋ ਦਿਹਾੜਾ ਪਾਗੀ ਪਰਿਆਨੀ ਪਹਿਣ ਸੋਈ ਉਹ ਦਿਹਾੜਾ ਪਗੀ ਭਰਿਆ ਨਹੀਂ ਪਹਿਣੇ ਬਹੁਤ ਕੁਪੰਚੀ ਜੀ ਬੜਾ ਹੀ ਖੂਬਸੂਰਤ ਇੱਕ ਮਾਹੌਲ ਤੁਸੀਂ ਬਣਾ ਦਿੱਤਾ ਤੇ ਜੀ ਇਦਾਂ ਕਰ ਰਹੀ ਕਿ ਇਦਾਂ ਹੀ ਚੱਲੀ ਜਾਵੇ ਬਹੁਤ ਬਹੁਤ ਸ਼ੁਕਰੀਆ ਔਰ ਇਹ ਕਿਉਂਕਿ ਐਸੋਸੀ ਹੁਣ ਅਸੀਂ ਆਪਣੀ ਧੀ ਦੇ ਵਿਆਹ ਚ ਚੱਲਦੇ ਆ ਉਧਰ ਆਪਾਂ ਚਲੀਏ ਧੀ ਦੇ ਵਿਆਹ ਚ ਕੀ ਹੋ ਰਿਹਾ ਔਰ ਉੱਥੇ ਜਿਹੜੇ ਗਾਇ ਜਾਣ ਵਾਲੇ ਗੀਤ ਨੇ ਉਹ ਬੜੇ ਭਾਵਕ ਹੁੰਦੇ ਨੇ ਬੜੇ ਜਜ਼ਬਾਤੀ ਕਰਨ ਵਾਲੇ ਹੁੰਦੇ ਨੇ ਠੀਕ ਹੈ ਜੀ ਉਹ ਧੀ ਬੀਬੀ ਛੱਡ ਦੇ ਪੀੜੀ ਦਾ ਪਾਵਾ ਉਹ ਬੀਬੀ ਛੱਡ ਦੇ ਪੀੜੀ ਦਾ ਪਾਵਾ ਨਾਰੇ ਹਾ ਸਾਡਾ ਦਾਵਾ ਨਹੀਂ ਦਾਵੇ ਵਾਲੇ ਲੈ ਦੀ ਚੱਲੇ ਬੀਬੀ ਨਹੀਂ ਦਾਵੇ ਵਾਲੇ ਲੈ ਨਹੀਂ ਚੱਲੇ ਬੀਬੀ ਛੱਡ ਦੇ ਪੀੜੀ ਦੀ ਢੋਰਨੀ ਬੀਬੀ ਛੱਡ ਦੇ ਪੀੜੀ ਦੀ ਢੋਰਨੀ ਨਾ ਚੱਲੇ ਸਾਡਾ ਜੋਰਨੀ ਨੀ ਜੋਰਾਵਾਂ ਵਾਲੇ ਲੈ ਨੀ ਚੱਲੇ ਬੀਬੀ ਨੀ ਜੋਰਾਵਾਂ ਵਾਲੇ ਲੈ ਨੀ ਚੱਲੇ ਇੱਕ ਜਿਹੜਾ ਬਹੁਤ ਸਾਨੂੰ ਇੱਕ ਬੜੀ ਸੰਵੇਦਨਸ਼ੀਲ ਇੱਥੇ ਗੀਤ ਦੀ ਇੱਕ ਪੰਕਤੀ ਹੈ ਜਿਹੜੀ ਸਾਨੂੰ ਭਾਵਕ ਕਰਦੀ ਆ ਬੇਟੀਆਂ ਨੂੰ ਵਿਆਹ ਚ ਕਿ ਹਰ ਇਹ ਨੀਰਸ ਪਰੇਖ ਜੂਰੇ ਕਿੰਨੇ ਦਿੱਤਾ ਇਹ ਨੀ ਦੂਰੇ ਬੀਬੀ ਹਰ ਇਹ ਨੀਰਸ ਪਰੇਖ ਜੂਰੇ ਕਿੰਨੇ ਦਿੱਤਾ ਇਹ ਨੀ ਦੂਰੇ ਬਾਬਲ ਮੇਰਾ ਤਾਂ ਮਹਿਲਾ ਦਾ ਰਾਜਾ ਬਾਬਲ ਮੇਰਾ ਤਾਂ ਮਹਿਲਾ ਦਾ ਰਾਜਾ ਜਿੰਨੇ ਦਿੱਤਾ ਇਹਨੀ ਦੂਰੇ ਬੀਬੀ ਬਾਬਲ ਮੇਰਾ ਤਾਂ ਮਹਿਲਾ ਦਾ ਰਾਜਾ ਜਿੰਨੇ ਦਿੱਤਾ ਇਹਨੀ ਦੂਰੇ ਬੀਬੀ ਹੁਣ ਇੱਕ ਅਜਿਹੇ ਸਮਾਗਿਆ ਹੂੰ ਹੂੰ ਭਈ ਕੁੜਮ ਤੇ ਕੁੜਮ ਸਾਹਮਣੇ ਹੋ ਗਏ ਜੀ ਨਾਨਕੇ ਦਾਦ ਦੇ ਸਾਹਮਣੇ ਹੋ ਗਏ ਨਾਨਕਾ ਮਿਲ ਦਾਦਕਾ ਉਹ ਉਹ ਤੇ ਸਾਡੇ ਵਿਆਹ ਦਾ ਸਾਡਾ ਜਿਹੜਾ ਪੰਜਾਬੀਆਂ ਦਾ ਵਿਆਹ ਨਾ ਉਹ ਇੱਕ ਮੇਲਾ ਹੁੰਦਾ ਸਹੀ ਗੱਲ ਹੈ ਉਹ ਇੱਕ ਤਿਹਾੜ ਹੁੰਦਾ ਜੀ ਅੱਜ ਤੇ ਸਮਾ ਬਦਲ ਗਿਆ ਕਿ ਅਸੀਂ ਗਏ ਆ ਲਫਾਫੇ ਚ ਸ਼ਗਨ ਪਾਇਆ ਪੈਲਸ ਚ ਫੜਾ ਕੇ ਰੋਟੀ ਖਾ ਕੇ ਘਰ ਆ ਗਏ ਆ ਤੇ ਵਿਆਹਾਂ ਦੀ ਜਿਹੜੀ ਪ੍ਰਸੰਗਿਕਤਾ ਤੇ ਉਚਿਤਤਾ ਉਹ ਖਤਮ ਹੋ ਗਈ ਆ ਇਹ ਖੈਰ ਇੱਕ ਅਲੱਗ ਵਿਸ਼ਾ ਹੈ ਔਰ ਉਹ ਵਿਆਹ ਮੇਲਾ ਹੁੰਦਾ ਸੀ ਉਹ ਵਿਆਹ ਤਿਹਾਰ ਹੁੰਦਾ ਸੀ ਔਰ ਵਿਆਹਾਂ ਦੇ ਵਿੱਚ 10-10 ਦਿਨ 20-20 ਦਿਨ ਮਹੀਨਾ-ਮਹੀਨਾ ਪਹਿਲੇ ਗਾਉਣ ਬਿਠਾਏ ਜਾਂਦੇ ਸੀ ਸਾਡੇ ਪਿੰਡ ਦੀਆਂ ਸਾਰੀਆਂ ਮੁਟਿਆਰਾਂ ਅਧਖੜ ਔਰਤਾਂ ਬਜ਼ੁਰਗ ਔਰਤਾਂ ਇਕੱਠੀਆਂ ਹੋ ਕੇ ਗੀਤ ਗਾਉਂਦੀਆਂ ਸੀ ਮੁੰਡੇ ਵਾਲੇ ਦੇ ਘਰ ਗੀਤ ਗਾਉਂਦੀਆਂ ਸੀ ਕੁੜੀ ਵਾਲਿਆਂ ਦੇ ਘਰ ਗੀਤ ਹੁੰਦੀਆਂ ਸੀ ਤੇ ਜਦੋਂ ਉਹ ਵਿਆਹ ਦੇ ਵਿੱਚ ਹੁਣ ਸਿੱਠਣੀਆਂ ਆ ਗਈਆਂ ਸਾਡੇ ਤਾਂ ਵੇੜੇ ਮੋਢ ਮਕਈ ਦਾ ਸਾਡੇ ਤਾਂ ਵੇੜੇ ਮੋਢ ਮਕਈ ਦਾ ਦਾਣੇ ਤਾਂ ਮੰਗਦਾ ਉਦੜ ਗਈ ਦਾ ਦਾਣੇ ਤਾਂ ਮੰਗਦਾ ਉਦੜ ਗਈ ਦਾ ਪੱਠੀਤ ਪੋਣੀ ਪਈ ਨਿਲਜੇ ਹੋ ਲੱਜ ਤੋ ਹਾਨੂ ਨਹੀਂ ਨੇ ਲੱਜੋ ਲੱਜ ਤੋ ਹਾਨੂ ਨਹੀਂ ਕੀ ਬਾਤ ਹੈ ਕੁੜੀ ਸਾਡੀ ਤਾਂ ਕੁੜੀ ਸਾਡੀ ਤਾਂ ਤਿੱਲੇ ਦੀ ਤਾਰੇ ਕੁੜੀ ਸਾਡੀ ਤਾਂ ਤਿੱਲੇ ਦੀ ਤਾਰੇ ਮੁੰਡਾ ਤਾਂ ਲੱਗਦਾ

ਸਿਟਰੀਆਂ ਦਾ ਕੰਮ ਨਿਬੜਿਆ ਹੂੰ ਹੁਣ ਇੱਕ ਬਹੁਤ ਸਾਨੂੰ ਜਜ਼ਬਾਤੀ ਕਰਨ ਵਾਲਾ ਵੇਲਾ ਆ ਗਿਆ ਅਸੀਂ ਬੇਟੀ ਦੀ ਬਰਾਤ ਤੋਰਨੀ ਹੈ ਹੂੰ ਉਹਦੀ ਡੋਲੀ ਤੋਰਨੀ ਹੈ ਔਰ ਉਹਦੀ ਡੋਲੀ ਤੋਰਨ ਦਾ ਵੇਲਾ ਆ ਗਿਆ ਔਰ ਮੈਂ ਵੀ ਜਜ਼ਬਾਤੀ ਹੋ ਸਕਦਾ ਬੋਲੀ ਪਾਉਂਦਾ ਪਾਉਂਦਾ ਕਿ ਜਦੋਂ ਅਸੀਂ ਧੀ ਨੂੰ ਤੋਰਦੇ ਹਾਂ ਸਾਡੀ ਬੇਟੀ ਜਦੋਂ ਤੁਰਦੀ ਹੈ ਤੇ ਕਹਿੰਦੇ ਆ ਵੀ ਸਾਡੇ ਪੇਪੜਾਂ ਦੇ ਤਾਣ ਰੋਂਦੇ ਆ ਹੂੰ ਸਾਡੇ ਪੱਤੇ ਰੋਂਦੇ ਆ ਸਾਡੇ ਬੋਰਡ ਰਹੁੰਦੇ ਆ ਤੇ ਉਸ ਦੇ ਵਿੱਚ ਕੁਝ ਉਦਾਹਰਣਾਂ ਹਾਜ਼ਰ ਹੈ ਮਦਾਨੀਆਂ ਮਦਾਨੀਆਂ ਹਾਏ ਉਹ ਮੇਰੇ ਡਾਡਿਆ ਰਬਾ ਕਿਨਾ ਜੰਮੀਆਂ ਕਿਨੋਂ ਨੇ ਲ ਜਾਣੀਆਂ ਓ ਛੋਲੇ ਛੋਲੇ ਬਾਬਲ ਤੇਰੇ ਮਹਿਲਾਂ ਵਿੱਚੋਂ ਸਤ ਰੰਗੀਆਂ ਕਬੂਤਰ ਬੋਲੇ ਬਾਬਲ ਤੇਰੇ ਮਹਿਲਾਂ ਵਿੱਚੋਂ ਸਤ ਰੰਗੀਆਂ ਕਬੂਤਰ ਬੋਲੇ ਔਰ ਉਹ ਵੇਲਾ ਜਦੋਂ ਸੱਚੀ ਮੁੱਚੀ ਬਾਪੂ ਰਹਿੰਦਾ ਹ ਹ ਅੱਖ ਚੱਥਰੂ ਹੁੰਦਾ ਜੀ ਵੀਰ ਹੁੰਦੇ ਆ ਉਹ ਬੜਾ ਭਾਵਕ ਕਰ ਦੇਣ ਵਾਲਾ ਵੇਲਾ ਹੁੰਦਾ ਹੈ ਕਿ ਸਾਡਾ ਚਿੜੀਆਂ ਦਾ ਚੰਬਾਵੇ ਬਾਬਲ ਕਿਹੜੇ ਦੇਸ ਜਾਣਾ ਸਾਡਾ ਚਿੜੀਆਂ ਦਾ ਚੰਬਾਵੇ ਬਾਬਲ ਕਿਹੜੇ ਦੇਸ ਜਾਣਾ ਔਰ ਮੇਗਾ ਜੀ ਸੁਣਨਾ ਹੂੰ ਸਾਡੀ ਲੰਬੀ ਓਡਾਰੀ ਵੇ ਪਤਾ ਨਹੀਂ ਕਿਹੜੇ ਦੇਸ਼ ਜਾਣਾ ਸਾਡੀ ਲੰਬੀ ਓਡਾਰੀ ਵੇ ਪਤਾ ਨਹੀਂ ਕਿਹੜੇ ਦੇਸ਼ ਜਾਣਾ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਕਿਹੜੇ ਦੇਸ ਜਾਣਾ ਬਾਬਲ ਕਿਹੜੇ ਦੇਸ ਜਾਣਾ ਬਾਬਲ ਕਿਹੜੇ ਦੇਸ ਜਾਣਾ ਵਾਹ ਜੀ ਵਾਹ ਟਰੋਲੀ ਅਸੀਂ ਤੋਰਤੀ ਜੀ ਹੁਣ ਮੁੰਡੇ ਦੀ ਮਾਂ ਦੇ ਲਈ ਬਹੁਤ ਸ਼ੁਭ ਸਮਾ ਆਇਆ ਪਾਣੀ ਵਾਰਨ ਦੀ ਰਸਮ ਹੈ ਹਮ ਬੰਨਾ ਬਾਹਰ ਖੜਾ ਹੈ ਔਰ ਉੱਥੇ ਇੱਕ ਗੀਤ ਹੈ ਪਾਣੀਵਾਰ ਬਨੇ ਦੀਏ ਮਾਏ ਬੰਨਾ ਗੂਹੇ ਵਾਰ ਖੜਾ ਉਹ ਪਾਣੀਵਾਰ ਦੀ ਆ ਨਾਲੇ ਗੀਤ ਗਾਉਂਦੀ ਆ ਚਾਚੀਆਂ ਤਾਈਆਂ ਪੂਰਾ ਮੇਲ ਇਕੱਠਿਆ ਹੋਇਆ ਹੁੰਦਾ ਔਰ ਜਿਹੜੀ ਨਵਿਆਹਤ ਮੁਟਿਆਰ ਹੁੰਦੀ ਆ ਉਹਦੇ ਚਿਹਰੇ ਤੇ ਵੀ ਥੋੜੀ ਰੌਣਕ ਆਉਂਦੀ ਆ ਉਹ ਮਾਪਿਆਂ ਨੂੰ ਛੱਡ ਕੇ ਆਈ ਹੁੰਦੀ ਆ ਉਹਦੇ ਚਿਹਰੇ ਤੇ ਵੀ ਰੌਣਕ ਆਉਂਦੀ ਆ ਕਿ ਮੇਰੇ ਘਰ ਵਿੱਚ ਮੇਰੇ ਸਹੁਰੇ ਘਰ ਵਿੱਚ ਮੇਰਾ ਬੜਾ ਨਿਗਾ ਸਵਾਗਤ ਕੀਤਾ ਜਾ ਰਿਹਾ ਮੇਦੇ ਹੌਪਾ ਹੌਰ ਨੂੰ ਵਿਚਾਰਿਆ ਜਾ ਰਿਹਾ ਬੰਨਾ ਬੂਹੇ ਬਾਰ ਖੜਾ ਸੁੱਖਾ ਸੁਖ ਦੀ ਨੂੰ ਆ ਦੇਣ ਆਵੇ ਸੁੱਖਾ ਸੁਖ ਦੀ ਨੂੰ ਆ ਦੇਣ ਆਵੇ ਬੰਨਾ ਬੂਹੇ ਬਾਰ ਖੜਾ ਬੰਨਾ ਬੂਹੇ ਬਾਰ ਖੜਾ ਬੰਨਾ ਬੂਹੇ ਬਾਰ ਖੜਾ ਇਹ ਸਾਰੇ ਗੀਤ ਹੋਰ ਵੀ ਬਹੁਤ ਸਾਰੇ ਜਦੋਂ ਅਸੀਂ ਇਲਾਕੇ ਦੀਆਂ ਗੱਲਾਂ ਕਰਾਂਗੇ ਨਾ ਨਿੱਕੇ ਮੋٹے ਫਰਕਾਂ ਦੇ ਨਾਲ ਜੀ ਜੀ ਮਾਝੇ ਦੇ ਗੀਤਾਂ 'ਚ ਮਾਲਵੇ ਦੇ ਗੀਤਾਂ 'ਚ ਦੁਆਬੇ ਦੇ ਗੀਤਾਂ 'ਚ ਸਾਡਾ ਚੜ੍ਹਦਾ ਪੰਜਾਬ ਪਾਕਿਸਤਾਨੀ ਪੰਜਾਬ ਦੇ ਗੀਤਾਂ 'ਚ ਉਹ ਨਹੀਂ 21 ਦਾ ਫਰਕ ਜਿਵੇਂ ਮੈਂ ਲੋਕ ਗੀਤਾਂ ਦੀਆਂ ਕਿਸਮਾਂ 'ਚ ਦੱਸਿਆ ਸੀ ਨਾ ਕਿ ਲੋਕ ਗੀਤਾਂ ਦੀਆਂ ਉਹ ਨਹੀਂਆਂ ਕੀ ਕਿਸਮਾਂ ਨੇ ਜਿੰਨੇ ਲੋਕ ਨੇ ਉਹ ਸਭ ਨਾਲ ਸਾਡੇ ਵਿਆਹਾਂ ਵਿੱਚ ਕੀ ਕਈ ਪ੍ਰਕਾਰ ਦੇ ਨਿੱਕੇ ਮੋٹے ਵਕਫਾ ਖਰੀਤੀ ਰਿਵਾਜ ਹੈਗੇ ਆ ਉਹਨਾਂ 'ਚ ਬਹੁਤ ਜ਼ਿਆਦਾ ਅੰਤਰ ਨਹੀਂ ਆ ਤੇ ਉਹਨਾਂ ਨਾਲ ਸੰਬੰਧਿਤ ਵੀ ਵਕਫਾ ਗੀਤ ਹੈਗੇ ਆ ਤੇ ਇੱਥੇ ਸਾਡੇ ਵਿਆਹ ਦੀਆਂ ਰਸਮਾਂ ਦੇ ਗੀਤ ਜਿਹੜੇ ਆ ਉਹ ਲਗਭਗ ਮੁਕਦੇ ਆ ਇਹ ਇੱਕ ਗੀਤਾਂ ਦੀ ਇੱਕ ਕਿਸਮ ਸੀ ਕਿੰਨੀ ਖੂਬਸੂਰਤੀ ਦੇ ਨਾਲ ਤੁਸੀਂ ਸਮਝਾਇਆ ਤੇ ਲੱਗ ਰਿਹਾ ਸੀਗਾ ਕਿ ਇੱਕ ਇੱਕ ਥੋੜਾ ਜਿਹੜਾ ਲਵ ਸੀ ਜਿੱਦਾਂ ਤੁਸੀਂ ਗੀਤ गा ਰਹੇ ਸੀ ਬੜਾ ਖੂਬਸੂਰਤ ਸਮਾਂ ਬਣ ਰਿਹਾ ਸੀ ਕਿੰਨਾ ਪਿਆਰ ਕਿੰਨਾ ਰਸ ਕਿੰਨਾ ਆਪਣਾਪਾਨ ਹੈ ਇਹਨਾਂ ਲੋਕ ਗੀਤਾਂ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਕਿਉਂ ਲੋਕ ਵਿਸਰਦੇ ਜਾ ਰਹੇ ਨੇ ਕੀ ਸਮਝਦੇ ਹੋ ਤੁਸੀਂ ਬੜਾ ਔਖਾ ਸਵਾਲ ਤੁਸੀਂ ਪੁੱਛ ਲਿਆ ਅਜੇ ਤਾਂ ਲੋਕ ਗੀਤਾਂ ਦੀਆਂ ਕਿਸਮਾਂ ਵੀ ਪੂਰੀਆਂ ਨਹੀਂ ਸੀ ਹੋਈਆਂ ਜੀ ਔਰ ਅਜੇ ਹੋਰ ਬਹੁਤ ਸਾਰੀਆਂ ਕਿਸਮਾਂ ਦਾ ਵਰਣਨ ਕਰਨਾ ਸੀਗਾ ਇਹ ਸਵਾਲ ਸੱਚੀ ਮੁੱੱਚੀ ਸਾਨੂੰ ਤੰਗ ਕਰਨ ਵਾਲਾ ਉਹਦਾ ਕਾਰਨ ਹੈ ਉਹਦਾ ਉਹਦੇ 'ਚ ਮੈਨੂੰ ਲੱਗਦਾ ਕਿ ਸਭ ਤੋਂ ਵੱਡਾ ਦੋਸ਼ ਮੇਰਾ अच्छा हां मेरा दोष है मेरे तो मतलब ये है मेरी पीढ़ी का दोष है वो हर वो इंसान पंजाबी धरती पे जेडी उम्र 40 साल तो लेके 60 साल ਦੇ ਵਿੱਚ ਵਿੱਚ ਨਾ ਉਹਨੇ ਪੰਜਾਬ ਦਾ ਪੰਜਾਬੀਅਤ ਦਾ ਪੰਜਾਬੀ ਵਿਰਸੇ ਦਾ ਪੰਜਾਬੀ دریاਵਾਂ ਦਾ ਪੰਜਾਬੀ ਹਵਾਵਾਂ ਦਾ ਪੰਜਾਬੀ ਫਜ਼ਾਵਾਂ ਦਾ ਬਹੁਤ ਨੁਕਸਾਨ ਕੀਤਾ اچھا ਗਰਨੇ ਹੈ ਕਿ ਜਿਹੜੇ ਲੋਕ ਗੀਤ ਜਿਹੜਾ ਲੋਕ ਸਾਹਿਤ ਮੈਂ ਆਪਣੇ ਦਾਦਾ ਜੀ ਤੋਂ ਲਿਆ ਹੂੰ ਹੂੰ ਮੈਂ ਦਾਦੀ ਜੀ ਦੀ ਗੋਦ ਵਿੱਚ ਬਹਿ ਕੇ ਜਿਹੜੀਆਂ ਲੋਕ ਕਹਾਣੀਆਂ ਸੁਣੀਆਂ ਮੈਂ ਜਿਹੜੀਆਂ ਕਹਾਣੀਆਂ ਜਿਹੜੇ ਲੋਕੀਤ ਆਪਣੀ ਨਾਨੀ ਦੀ ਗੋਦ ਵਿੱਚ ਬਹਿ ਕੇ ਸੁਣੀਆਂ ਹੁਣ ਸਾਡੀ ਪੀੜ੍ਹੀ ਕੁਝ ਬਣ ਗਈ ਤੇ ਕੁਝ 2-4 ਵਰਿਆਂ ਨੂੰ ਦਾਦਾ ਔਰ ਨਾਨਾ ਬਣਨ ਦੀ ਪੋਜੀਸ਼ਨ 'ਚ ਹੈ ਹੂੰ ਮੇਰੇ ਕੋਲ ਉਹ ਅਮੀਰ ਖਜ਼ਾਨਾ ਨਹੀਂ ਹੈਗਾ ਜਿਹੜਾ ਮੇਰੇ ਦਾਦੇ ਕੋਲ ਸੀਗਾ ਮੇਰੇ ਕੋਲ ਉਹ ਅਮੀਰ ਖਜ਼ਾਨਾ ਨਹੀਂ ਹੈਗਾ ਜਿਹੜੀ ਮੇਰੀ ਨਾਨੀ ਕੋਲ ਸੀ ਤੇ ਮੇਰੇ ਨਾਨੇ ਕੋਲ ਸੀ ਹੁਣ ਮੇਗਾ ਜੀ ਸਵਾਲ ਇਹ ਹੈ ਔਰ ਸਪਸ਼ਟੀਕਰਨ ਇਹ ਹੈ ਕਿ ਜੇ ਮੇਰੇ ਕੋਲ ਕੋਈ ਖਜ਼ਾਨਾ ਹੋਇਆ ਹੀ ਨਾ ਤੇ ਮੈਂ ਅਗਲੀ ਪੀੜੀ ਨੂੰ ਕੀ ਦੇਣਾ ਬਿਲਕੁਲ ਮੈਂ ਆਪਣੇ ਬੱਚਿਆਂ ਨੂੰ ਤੇ ਚੰਗੀਆਂ ਹਵਾਵਾਂ ਚੰਗੀਆਂ ਫਰਜ਼ਾਵਾਂ ਚੰਗੇ ਪਾਣੀ ਚੰਗੇ ਰੀਤੀ ਰਿਵਾਜ ਲੋਕ ਸਾਹਿਤ ਨਾਲ ਤਾਂ ਹੀ ਜੋੜਨਾਗਾ ਨਾ ਜੋ ਮੇਰੇ ਕੋਲ ਹੋਏਗਾ ਤੇ ਹੂੰ ਸੋ ਸਭ ਤੋਂ ਵੱਡੀ ਗੱਲ ਹੈ ਕਿ ਮੇਰੀ ਪੀੜੀ ਜਿਹੜੀ ਆ ਉਹ ਲੋਕ ਸਾਹਿਤ ਤੋਂ ਟੁੱਟੀ ਹੈ ਜੀ ਸਭ ਤੋਂ ਵੱਡਾ ਕਾਰਨ ਹੈ ਕਿ ਜਿਹੜਾ ਬੰਦਾ ਆਪ ਲੋਕ ਸਾਹਿਤ ਤੋਂ ਟੁੱਟ ਗਿਆ ਉਹ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਲੋਕ ਸਾਹਿਤ ਨਾਲ ਲੋਕ ਗੀਤਾਂ ਨਾਲ ਲੋਕ ਕਥਾਵਾਂ ਨਾਲ ਲੋਕ ਗਥਾਵਾਂ ਨਾਲ ਅਖਾਣਾ ਨਾਲ ਮੁਹਾਵਰਿਆਂ ਨਾਲ ਲੋਕ ਉਕਤੀਆਂ ਨਾਲ ਬੁਝਾਰਤਾਂ ਨਾਲ ਨਹੀਂ ਜੋੜ ਸਕਦਾ ਜੀ ਔਰ ਇੱਕ ਗੱਲ ਹੋਰ ਕਹੀ ਜਾਂਦੀ ਹੈ ਜੀ ਸਾਡੇ ਲੋਕ ਗੀਤਾਂ ਦੇ ਵਿੱਚ ਤਰਕ ਦੀ ਘਾਟ ਹੈ ਜੀ ਸਾਡਾ ਯੁੱਗ ਵਿਗਿਆਨਕ ਯੁੱਗ ਹੈ ਅਸੀਂ ਦਲੀਲ ਨਾਲ ਗੱਲ ਕਰਦੇ ਹਾਂ ਸਾਡੇ ਕੋਲ ਲੌਜੀਕ ਪ੍ਰਧਾਨ ਹੈ ਪਰ ਪੰਜਾਬੀ ਲੋਕ ਗੀਤਾਂ ਵਿੱਚ ਹਰ ਗੱਲ ਬੜੇ ਲੌਜੀਕ ਨਾਲ ਤੇ ਬੜੇ ਤਰੀਕੇ ਨਾਲ ਸਮਝਾਈ ਗਈ ਹੈ ਇਹ ਚੀਜ਼ ਵੀ ਸਾਨੂੰ ਅਸੀਂ ਆਪਣੀ ਪੀੜ੍ਹੀ ਨੂੰ ਦੱਸਣ ਵਿੱਚ ਅਸਫਲ ਹੋਏ ਹਾਂ ਮੇਰੀ ਪੀੜ੍ਹੀ ਜਿਹੜੀ ਆ ਅਗਲੀ ਪੀੜ੍ਹੀ ਨੂੰ ਦੱਸਣ ਵਿੱਚ ਉਹ ਗੱਲਾਂ ਅਸਫਲ ਹੋਈਆਂ ਜਿਹਦੇ ਕਰਕੇ ਅਗਲੀ ਪੀੜ੍ਹੀ ਜਿਹੜੀ ਆ ਉਹ ਟੁੱਟਦੀ ਜਾ ਰਹੀ ਹੈ ਜੀ ਔਰ ਇੱਕ ਗੱਲ ਜਿਹੜੀ ਬੜੀ ਬੜਾ ਬੜਾ ਅੱਛਾ ਪੁਆਇੰਟ ਹੈ ਬੜੀ ਅੱਛੀ ਪ੍ਰਾਸਪੈਕਟ ਹੈ ਕਿ ਜਿਵੇਂ ਮੈਂ ਪੰਜਾਬ ਦੀ ਲੋਕ ਗੀਤਾਂ ਦੀ ਜਾਂ ਲੋਕ ਸਾਹਿਬ ਦੀ ਜਦੋਂ ਪਰਵਾਸ਼ਾ ਦੱਸ ਰਿਹਾ ਸੀ ਤਾਂ ਉਹਦੇ ਵਿੱਚ ਇੱਕ ਸ਼ਬਦ ਵਰਤਿਆ ਸੀਗਾ ਵੀ ਇਹ ਮੌਖਿਕ ਰੂਪ ਵਿੱਚ ਅੱਗੇ-ਅੱਗੇ ਤੁਰਦਾ ਪਰ ਪਿਛਲੇ ਕੁਝ ਸਾਲਾਂ ਤੋਂ ਪਿਛਲੇ ਤੁਸੀਂ ਕਹਿ ਲੋ ਕਿ 35-40 ਸਾਲਾਂ ਤੋਂ ਪੰਜਾਬ ਨੇ ਕੁਝ ਇਦਾਂ ਦੇ ਮਹਾਨ ਸਪੂਤ ਪੈਦਾ ਕੀਤੇ ਆ ਪੰਜਾਬ ਨੇ ਇਦਾਂ ਦੇ ਕੁਝ ਮਹਾਨ ਲਖਾਰੀ ਪੈਦਾ ਕੀਤੇ ਆ ਜਿਹੜੇ ਲੋਕ ਆਪਣੇ ਆਪ ਵਿੱਚ ਚੱਲਦੀਆਂ ਫਿਰਦੀਆਂ ਸੰਸਥਾਵਾਂ ਨੇ ਚੱਲਦੀਆਂ ਫਿਰਦੀਆਂ ਯੂਨੀਵਰਸਿਟੀਆਂ ਨੇ ਜਿਨ੍ਹਾਂ ਵਿੱਚ ਮੈਂ ਕੁਝ ਵਿਦਵਾਨਾਂ ਦਾ ਜਿਵੇਂ ਨਾਂ ਲੈਣਾ ਚਾਹਾਂ ਕਿ ਡਾਕਟਰ ਸੁਹਿੰਦਰ ਸਿੰਘ ਬੁੰਜਾਰਾ ਬੇਦੀ ਜਿਨ੍ਹਾਂ ਦੀ ਪੰਜਾਬੀ ਲੋਕ ਧਾਰਾ ਔਰ ਪੰਜਾਬੀ ਲੋਕ ਜਨ ਤੇ ਖੇਤਰ ਵਿੱਚ ਏਡੀ ਵੱਡੀ ਦੇਣ ਹੈ ਕਿ ਉਸ ਦੇਣ ਨੂੰ ਅਸੀਂ ਭੁਲਾ ਹੀ ਨਹੀਂ ਸਕਦੇ ਇਸ ਤੋਂ ਇਲਾਵਾ ਦਵਿੰਦਰ ਸਤਿਆਰਥੀ ਜੀ ਨੇ ਬਹੁਤ ਪੰਜਾਬੀ ਦੀਆਂ ਕਿਤਾਬਾਂ ਉਹਨਾਂ ਨੇ ਸੰਪਾਦਿਤ ਕੀਤੀਆਂ ਕਿਉਂਕਿ ਲੋਕ ਸਾਹਿਤ ਦੀਆਂ ਕਿਤਾਬਾਂ ਜਿਹੜੀਆਂ ਨੇ ਲੋਕ ਗੀਤਾਂ ਦੀਆਂ ਲੋਕ ਕਹਾਣੀਆਂ ਦੀਆਂ ਜਿਹੜੀਆਂ ਕਿਤਾਬਾਂ ਨੇ ਉਹ ਲਿਖੀਆਂ ਨਹੀਂ ਜਾਂਦੀਆਂ ਸੰਪਾਦਿਤ ਕੀਤੀਆਂ ਜਾਂਦੀਆਂ ਨੇ ਕਿਉਂਕਿ ਉਹ ਲਿਖਤੀ ਸਾਹਿਰ ਸਾਡੇ ਕੋਲ ਪਹੁੰਚਿਆ ਔਰ ਇਹ ਸਾਡੇ ਲਈ ਚੰਗੀ ਗੱਲ ਹੈ ਕਿ ਜਿਨ੍ਹਾਂ ਵਿੱਚ ਡਾਕਟਰ ਸਹਿੰਦਰ ਸਿੰਘ ਨਿਹਾਰਬੇਦੀ ਦਾ ਨਾਮ ਲਿਆ ਦਵਿੰਦਰ ਸਤਿਆਰਥੀ ਜੀ ਦਾ ਨਾਮ ਲਿਆ ਅਮਰਦਾ ਪ੍ਰੀਤਮ ਜੀ ਦੀ ਬਹੁਤ ਵੱਡੀ ਦੇਣ ਪ੍ਰੋਫੈਸਰ ਮੋਹਨ ਸਿੰਘ ਜੀ ਦੀ ਬਹੁਤ ਵੱਡੀ ਦੇਣ ਡਾਕਟਰ ਗੁਰਬਚਨ ਸਿੰਘ ਫਰੈਂਕ ਜੀ ਦੀ ਬਹੁਤ ਵੱਡੀ ਦੇਣ ਕਰਨੈਲ ਸਿੰਘ ਥਿੰਦ ਜੀ ਦੀ ਬਹੁਤ ਵੱਡੀ ਦੇਣ ਸੁਖਦੇਵ ਮਾਧੋਪੁਰ ਜੀ ਦੀ ਬਹੁਤ ਵੱਡੀ ਦੇਣ ਇਦਾਂ ਪੰਜਾਬੀ ਦੇ ਖੇਤਰ ਵਿੱਚ ਪੰਜਾਬੀ ਲੋਕ ਸਾਹਿਤ ਦੇ ਆਲੋਚਨਾਤਮਕ ਅਧਿਐਨ ਦੇ ਵਿੱਚ ਬਹੁਤ ਸਾਰੇ ਵਿਦਵਾਨਾਂ ਦੇ ਨਾਮ ਲੈ ਜਾ ਸਕਦੇ ਆ ਜਿਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਸੰਭਾਇਆ ਪਰ ਜਦੋਂ ਅਸੀਂ ਜਜ਼ਬਾਤੀ ਤੌਰ ਤੇ ਬૌਧਿਕ ਤੌਰ ਤੇ ਵਿਵੇਕਸ਼ੀਲ ਪੱਧਰ ਤੇ ਆਪਣੇ ਲੋਕ ਸਾਹਿਤ ਨਾਲੋਂ ਖੁੱਦ ਟੁੱਟੇ ਆ ਜੀ ਫਿਰ ਅਸੀਂ ਉਹਨਾਂ ਪਰੰਪਰਾਵਾਂ ਨੂੰ ਉਹਨਾਂ ਲੋਕ ਰੂੜੀਆਂ ਨੂੰ ਉਹਨਾਂ ਲੋਕ ਗੀਤਾਂ ਨੂੰ ਉਹਨਾਂ ਲੋਕ ਸਾਹਿਤ ਨੂੰ ਅਗਲੀ ਪੀੜੀ ਨਾਲ ਨਹੀਂ ਜੋੜ ਪਾ ਰਹੇ ਹੁਣ ਅਗਲੀ ਪੀੜੀ ਦਾ ਮੈਂ ਕਨਸੈਪਟ ਦਉਂਦਾ ਹਾਂ ਕਿ ਅਗਲੀ ਪੀੜ੍ਹੀ ਜਿਹੜੀ ਕਹਿੰਦੀ ਹੈ ਕਿ ਅਸੀਂ ਵਿਗਿਆਨਕ ਯੁੱਗ ਵਿੱਚ ਪੈਦਾ ਹੋਏ ਹਾਂ ਔਰ ਅੱਜ ਦਾ ਜਿਹੜਾ ਦੌਰ ਹੈ ਉਹ ਸੋਸ਼ਲ ਮੀਡੀਆ ਦਾ ਦੌਰ ਹੈ। ਸੋਸ਼ਲ ਮੀਡੀਆ ਦਾ ਦੌਰ ਬਿਲਕੁਲ। ਔਰ ਸੋਸ਼ਲ ਮੀਡੀਆ ਦੇ ਵਿੱਚ ਕੀ ਹੋਇਆ ਕਿ ਲੋਕ ਸਾਹਿਤ ਜਾਂ ਲੋਕ ਗੀਤਾਂ ਦੇ ਵਿੱਚ ਜਿਹੜਾ ਉਹ ਪੱਕ ਸੀ ਨਾ ਪੀੜ੍ਹੀਦਰ ਪੀੜ੍ਹੀ ਅੱਗੇ ਤੋਰਨ ਦਾ ਉਹ ਲਗਭਗ ਖਤਮ ਹੋ ਗਿਆ। ਹੂੰ ਸਾਡੇ ਵਿਆਹਾਂ ਦੇ ਵਿੱਚ ਹੁਣ ਲੋਕ ਗਾਣ ਨਹੀਂ ਬਿਠਾਏ ਜਾਂਦੇ। 10-10 ਦਿਨ ਪਹਿਲਾਂ 15-15 ਦਿਨ ਸਾਡੀਆਂ ਧੀਆਂ ਭੈਣਾਂ ਇਕੱਠੇ ਹੋ ਕੇ ਪਿੰਡਾਂ 'ਚ ਜਿਹੜੇ ਗੀਤ ਗਾਉਂਦੀਆਂ ਸੀ ਉਹ ਨਹੀਂ ਗਾਏ ਜਾਂਦੇ। ਕਿਉਂਕਿ ਉਹਨਾਂ ਕੋਲ ਮੇਰੀ ਪੀੜ੍ਹੀ ਦੀ ਜਿਹੜੀਆਂ ਮੇਰੀ ਪੀੜ੍ਹੀ ਦੀ ਔਰਤਾਂ ਨੂੰ ਕੋਲ ਗੀਤ ਹੈ ਹੀ ਨਹੀਂ ਬਿਲਕੁਲ ਸਹੀ ਗੱਲ ਔਰ ਸਾਡੀਆਂ ਜਿਹੜੀਆਂ ਨਾਨੀਆਂ ਨੇ ਸਾਡੀਆਂ ਜਿਹੜੀਆਂ ਦਾਦੀਆਂ ਨੇ ਉਹ ਹੁਣ ਸੁਖਨਾ ਉਮਰਾਂ ਦਾ ਭੋਗ ਕੇ ਤੁਰ ਗਈਆਂ ਉਹ ਸਾਨੂੰ ਸਭ ਕੁਝ ਦੇ ਗਈਆਂ ਅਸੀਂ ਉਹ ਅਮੀਰ ਵਿਰਸੇ ਨੂੰ ਆਪਣੇ ਪੱਲੇ ਨਹੀਂ ਬੰਨਿਆ ਔਰ ਉਹਦਾ ਸਭ ਤੋਂ ਵੱਡਾ ਨੁਕਸਾਨ ਜਿਹੜਾ ਉਹ ਆਉਣ ਵਾਲੀ ਪੀੜ੍ਹੀ ਨੂੰ ਹੋਇਆ ਪਰ ਚੰਗੀ ਗੱਲ ਹੈ ਜਿਵੇਂ ਕਿ ਅੱਜ ਕੱਲ ਮਸਨੂਈ ਬੁੱਧੀ ਦਾ ਰਾਜ ਚੱਲ ਰਿਹਾ ਹੈ ਮਸਨੂਈ ਬੁੱਧੀ ਜਿਹੜੀ ਸਾਡੇ ਸਾਹਮਣੇ ਆ ਰਹੀ ਹੈ ਇੰਟੈਲੀਜੈਂਸ ਜਿਹੜੀ ਆਰਟੀਫੀਸ਼ੀਅਲ ਉਹਦਾ ਕੰਮ ਚੱਲ ਰਿ ਨੈੱਟ ਤੇ ਵੀ ਇਹ ਬਹੁਤ ਕੁਝ ਚੜਾਇਆ ਜਾ ਰਿਹਾ ਸੋਸ਼ਲ ਮੀਡੀਆ ਜਿਹੜਾ ਹੈ ਉਹਦੇ ਵਿੱਚ ਕੀ ਹੋ ਰਿਹਾ ਔਰ ਜਿਹੜਾ ਡੀਜੇ ਦਾ ਕਲਚਰ ਹੈ ਨਾ ਉਹਦੇ ਵਿੱਚ ਕੀ ਹੋ ਰਿਹਾ ਕਿ ਅਸੀਂ ਦੋਚਾ ਆਪਣੇ ਸਿੰਗਰਾਂ ਦੇ ਗੀਤ ਲੈਨੇ ਆ ਉਹਦੇ ਨਾਲ ਸਾਡੀਆਂ ਬੇਟੀਆਂ ਧੀਆਂ ਭੈਣਾਂ ਗਬਰੂ ਨੱਚਣਾ ਸ਼ੁਰੂ ਕਰ ਦਿੰਦੀਆਂ ਨੇ ਔਰ ਅਸੀਂ ਲੋਕ ਸਾਹਿਤ ਨਾਲ ਲੋਕ ਗੀਤਾਂ ਨਾਲੋਂ ਲੋਕ ਕਹਾਣੀਆਂ ਨਾਲੋਂ ਬਹੁਤ ਬੁਰੀ ਤਰ੍ਹਾਂ ਟੁੱਟ ਰਹੇ ਹੂੰ ਇਹ ਬੜੀ ਸਾਡੇ ਲਈ ਚਿੰਤਾ ਦਾ ਵਿਸ਼ਾ ਚਿੰਤਾ ਦਾ ਵਿਸ਼ਾ ਜਿਹੜਾ ਹੈ ਹੁਣ ਦੇਖੋ ਜਿਵੇਂ ਮੈਂ ਲੋਕ ਗੀਤਾਂ ਦੀਆਂ ਕੁਝ ਜਿਹਾ ਕਹਾਂ ਤਾਂ ਕਿਸਮਤ ਉਹ ਦਵਰਗਾ ਕਰਾ ਕਿਉਂਕਿ ਵਿਆਹ ਨਾਲ ਸੰਬੰਧਤ ਅਸੀਂ ਲੋਕ ਗੀਤ ਲੋਕ ਗੀਤ ਜਿਵੇਂ ਸਾਡਾ ਜਿਹੜਾ ਸਾਡੀ ਜਿਹੜੀ ਨੌਜਵਾਨ ਪੀੜੀ ਦੇ ਪਤੀ ਪਤਨੀ ਦੇ ਵਿਯੋਗ ਵਿੱਚ ਮਹਿਬੂਬ ਤੇ ਮਹਿਬੂਬਾ ਦੇ ਜੋ ਵਿੱਚ ਦੋ ਦੋ ਲੋਕੀ ਸਾਡੇ ਪੰਜਾਬ ਦੇ ਬਹੁਤ ਪ੍ਰਸਿੱਧ ਹੈ ਹੂੰ ਇੱਕ ਮਾਈ ਹੈ ਜੀ ਢੋਲਾ ਹੈ ਜੀ ਤੇ ਟੱਪਾ ਹੈ ਬਿਲਕੁਲ ਹੂੰ ਕੋਠੇ ਤੇ ਖੜੋ ਮਾਇਆ ਕੋਠੇ ਤੇ ਖੜੋ ਮਾਇਆ ਹੋ ਚੰਦ ਪਾਵੇਂ ਨਿਤ ਚੜਦਾ ਚੰਦ ਪਾਵੇਂ ਨਿਤ ਚੜਦਾ ਸਾਨੂੰ ਤੇਰੀ ਅਲੋ ਮਾਇਆ ਸਾਨੂੰ ਤੇਰੀ ਅਲੋ ਮਾਇਆ ਕੋਠੇ ਤੇ ਕਿਲ ਮਾਇਆ ਕੋਠੇ ਤੇ ਕਿਲ ਮਾਇਆ ਹੋ ਲੋਕਾਂ ਦੀਆਂ ਰੋਣ ਅੱਖੀਆਂ ਹੋ ਲੋਕਾਂ ਦੀਆਂ ਰੋਣ ਅੱਖੀਆਂ ਸਾਡਾ ਰੋਂਦਾ ਇਹ ਦਿਲ ਮਾਇਆ ਮੈਂ ਗਾਜੀ ਸਾਥ ਦੇਣਾ ਸਾਡਾ ਰੋਂਦਾਏ ਦਿਲ ਮਾਇਆ ਸਾਡਾ ਰੋਂਦਾਏ ਦਿਲ ਮਾਇਆ ਅਧਿਆਤਮਿਕ ਪੱਖ ਹੁੰਦਾ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਮਹੱਤਵਪੂਰਨ ਪੱਖ ਹੁੰਦਾ ਜਦੋਂ ਅਸੀਂ ਭਗਤੀ ਦੀਆਂ ਗੱਲਾਂ ਕਰਦੇ ਹਾਂ ਜੀ ਉਸ ਉੱਪਰ ਅਕਾਲ ਪੁਰਖ ਨਾਲ ਆਪਣੇ ਅੱਲਾ ਮੋਲਾ ਰਾਮ কৃষ্ণ ਨਾਲ ਜੁੜਨ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਵੀ ਲੋਕ ਗੀਤਾਂ 'ਚ ਸਾਡਾ ਥੋੜਾ ਜਿਹਾ ਪੱਥ ਜਿਹੜਾ ਉਹ ਟੱਚ ਕੀਤਾ ਗਿਆ ਜਿਵੇਂ ਉਠਾ ਤੇ ਮਾਲਾਇਆ ਮਾਇਆ ਬਹੁਤ ਅਨ ਸੁਣਿਓ ਇਹਦੇ ਚ ਆਤਮਿਕ ਸੋਰਾ ਜਿਹੜੀ ਉਠਾ ਤੇ ਮਾਲਾਇਆ ਮਾਇਆ ਛੱਡੀ ਕਬਰ ਉੱਤੇ ਹੋ 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 ਮਾਇਆ ਛੱਡੀ ਕਬਰ ਉੱਤੇ ਅੱਜ ਗਹਿਰਾ ਦੇ ਨਾਲ ਆ ਮਾਇਆ ਸਾਡੀ ਕਬਰ ਉੱਤੇ ਅੱਜ ਗਹਿਰਾ ਦੇ ਨਾਲ ਆ ਇੱਕ ਮਾਇਆ ਦਾ ਸੁਣਿਓ ਬੜਾ ਧਿਆਨ ਨਾਲ ਜੀ ਕਿ ਉਠਾਤੇ ਮਾਲਾ ਆ ਉਠਾਤੇ ਮਾਲਾ ਬੁੱਤ ਕੋ ਤੇ ਹੰਦਣਾ ਬੁੱਤ ਕੋ ਰੂਹ ਪੁੱਛਿਆ ਉਹ ਬੁੱਤ ਕੋ ਰੂਹ ਪੁੱਛਿਆ ਮਾਇਆ ਕਿੱਥੋਂ ਤੀਕ ਨਾਲ ਆਇਆ ਮਾਇਆ ਕਿੱਥੋਂ ਤੀਕ ਨਾਲ ਆਇਆ ਔਰ ਪੰਜਾਬੀ ਲੋਕ ਗੀਤਾਂ ਵਿੱਚੋਂ ਜੇ ਅਸੀਂ ਮਾਇਏ ਨੂੰ ਕਿਤੇ ਇੱਧਰ ਉੱਧਰ ਕਰਦੀ ਹੈ ਨਾ ਹੂੰ ਹੂੰ ਤੇ ਪੰਜਾਬੀ ਲੋਕਗੀਤ ਅੰਗਹੀਣ ਹੋ ਸਕਦੇ ਆ। ਅੱਛਾ ਬਿਲਕੁਲ ਜਿਨੂੰ ਅਸੀਂ ਅੰਗਰੇਜ਼ੀ ਦਾ ਸ਼ਬਦ ਵਰਤ ਲਈਏ ਪੈਰਾਲਾਈਸ ਹੂੰ ਹੂੰ ਅਧਰੰਗ ਹੋ ਜਾਂਦਾ ਪੰਜਾਬੀ ਲੋਕਗੀਤਾਂ ਨੂੰ ਜੇ ਅਸੀਂ ਮਾਇਏ ਨੂੰ ਇੱਕ ਪਾਸੇ ਕਰਦੀਏ ਤੇ ਮਾਇਆ ਸਾਡੇ ਲੋਕਗੀਤਾਂ ਦਾ ਸਭ ਤੋਂ ਮਹੱਤਵਪੂਰਨ ਇਹਦੇ ਨਾਲ ਹੀ ਟੱਪਾ ਹੂੰ ਹੂੰ ਕੋਠੇ ਤੇ ਗਲਾਸੀ ਏ ਕੋਠੇ ਤੇ ਗਲਾਸੀ ਏ ਕੋਠੇ ਤੇ ਗਲਾਸੀ ਏ ਕੋਠੇ ਤੇ ਗਲਾਸੀ ਹੈ ਹੋ ਆਏ ਦੀਆਂ ਲੱਖ ਖੁਸ਼ੀਆਂ ਹੋ ਆਏ ਦੀਆਂ ਲੱਖ ਖੁਸ਼ੀਆਂ ਤੁਰ ਗਏ ਦੀ ਉਦਾਸੀ ਹੈ ਤੁਰ ਗਏ ਦੀ ਉਦਾਸੀ ਹੈ ਔਰ ਇਸ ਤੋਂ ਗਿੱਟੂ ਟੋਲਾ ਟੋਲਾ ਮਈਆ ਟੱਪਾ ਇਹ ਤਿੰਨੇ ਪੂਰ ਕਨਪੂਰਗ ਨੇ ਇੱਕ ਦੂਜੇ ਦੇ ਔਰ ਟੋਲਾ ਵੇ ਟੋਲਾ ਹਾਏ ਟੋਲਾ ਟੋਲਾ ਵੇ ਟੋਲਾ ਹਾਏ ਟੋਲਾ ਟੋਲਾ ਵੇ ਟੋਲਾ ਹਾਏ ਟੋਲਾ ਆ ਜਾ ਦੂ ਵੇ ਨੱਚੀਏ ਹਾਏ ਟੋਲਾ ਬਜਾਰਬ ਕੇਂਦੀ ਖੰਡ ਵੇ ਬਜਾਰਬ ਕੇਂਦੀ ਖੰਡ ਵੇ ਤੇ ਬੈ ਮਿਸ਼ਰੀ ਤੇ ਤੂੰ ਗੁਲਕੰਦ ਵੇ ਕੀ ਬਾਤ ਹੈ ਆ ਜਾ ਦੋਵੇਂ ਨੱਚੀਏ ਹਾਏ ਢੋਲਾ ਆ ਜਾ ਦੋਵੇਂ ਨੱਚੀਏ ਹਾਏ ਢੋਲਾ ਢੋਲਾ ਵੇ ਢੋਲਾ ਹਾਏ ਢੋਲਾ ਬਜ਼ਾਰ ਵਕੇ ਦਾ ਗੁਲਕੰਦ ਵੇ ਬਜ਼ਾਰ ਵਕੇ ਦਾ ਗੁਲਕੰਦ ਵੇ ਤੇ ਮੈਂ ਮਿਸ਼ਰੀ ਤੇ ਤੂੰ ਗੁਲਕੰਦ ਵੇ ਆ ਜਾ ਦੋਵੇਂ ਨੱਚੀਏ ਹਾਈ ਢੋਲਾ ਆ ਜਾ ਦੋਵੇਂ ਨੱਚੀਏ ਹਾਈ ਢੋਲਾ ਢੋਲਾ ਬਟੋਲਾ ਹਾਈ ਢੋਲਾ ਹਾਈ ਢੋਲਾ ਸੋ ਇਹ ਗੀਤ ਸੀਗੇ ਸਾਡੇ ਇਸੇ ਤਰ੍ਹਾਂ ਸਾਡੇ ਤਿਉਹਾਰਾਂ ਨਾਲ ਸੰਬੰਧਿਤ ਗੀਤ ਜੀ ਜ ਸਾਡੇ ਰਿਸ਼ਤਿਆਂ ਨਾਲ ਸੰਬੰਧਿਤ ਗੀਤ ਬਹੁਤ ਸਾਰੇ ਜਿਹੜੇ ਗੀਤ ਹੈ ਉਹ ਸਾਡੀ ਜ਼ਿੰਦਗੀ ਦੇ ਨਾਲ ਸੰਬੰਧਿਤ ਨੇ ਪਰ ਸਮੇਂ ਦੀ ਥੋੜੀ ਜੀ ਉਹਨਾਂ ਇਸ਼ਾਰਾ ਸਾਨੂੰ ਇਹ ਹੋ ਰਿਹਾ ਹੈ ਕਿ ਅਸੀਂ ਕਿਉਂ ਨਾ ਗਿੱਧਾ ਗਿੱਧੇ ਦੀ ਕੋਈ ਬੋਲੀ ਜਾਂ ਭੰਗੜੇ ਦੀ ਕੋਈ ਬੋਲੀ ਪਾਈਏ ਕਿਉਂਕਿ ਸਮਾਂ ਹੁਣ ਲਗਭਗ ਹੁਣ ਠੀਕ ਹੈ ਜੀ ਜੀ ਸਾਰੇ ਗੈਣੇ ਤਾਂ ਮੇਰੇ ਮਾਪਿਆਂ ਨੇ ਪਾਏ ਸਾਰੇ ਗੈਣੇ ਤਾਂ ਮੇਰੇ ਮਾਪਿਆਂ ਨੇ ਪਾਏ ਇਟੂ ਤੇ ਤੇ ਵੀ ਤੇ ਉਹਦੇ ਕਰਦਾਨੀ ਜਦੋਂ ਲੜਦਾ ਤੇ ਲਾਦੇ ਲਾਦੇ ਕਰਦਾਨੀ ਜਦੋਂ ਲੜਦਾ ਤੇ ਲਾਦੇ ਲਾਦੇ ਕਰਦਾਨੀ ਦੇਖੋ ਰੁੱਖਾਂ ਦੀ ਕਿੰਨੀ ਮੱਤਾ ਹੈ ਜੀ ਕਿ ਛੇਤੀ ਛੇਤੀ ਵੱਧ ਕਿਕਰੇ ਹੂੰ ਹੂੰ ਸਾਡੀ ਬੇਟੀ ਕਹਿ ਰਹੀ ਆ ਛੇਤੀ ਛੇਤੀ ਵੱਧ ਕਿਕਰੇ ਮਰ ਸਸ ਦਾ ਸੰਦੂਕ ਬਣਾਉਣਾ ਅੱਛਾ ਔਰ ਅਗਲੀ ਗੱਲ ਤੁਸੀਂ ਸੁਣੋ ਕਿੰਡੀ ਕਿੱਡਾ ਕਿੱਡਾ ਰੁਮਾਂਸ ਆ ਸਾਡੇ ਸਾਡੇ ਪੰਜਾਬੀ ਲੋਕ ਗੀਤਾਂ ਦੇ ਵਿੱਚ ਹੂੰ ਪਿੱਛਾ ਸੱਸ ਦੇ ਸੰਦੂਕ ਬਣਾਉਣ ਲਈ ਤੇ ਇੱਕ ਵਿਸ਼ੇਸ਼ ਲੱਕੜ ਹੈ ਕਿੱਕਰ ਹਮ ਪਰ ਸੱਸ ਨੂੰ ਕੁੱਟਣ ਲਈ ਇੱਕ ਦੂਜੀ ਵਿਸ਼ੇਸ਼ ਲੱਕੜ ਹੈ ਜੀ ਉਹ ਨਿੰਮ ਜੀ ਸੱਸ ਮੇਰੀ ਤਾਂ ਬੜੀ ਇੱਕ ਪੱਤੀ ਬਿਨਾ ਗਾਲ ਨਾ ਬੋਲੇ ਸਸ ਮੇਰੀ ਤਾਂ ਬੜੀ ਕਪਤੀ ਬਿਨਾ ਗਾਲ ਨਾ ਬੋਲੇ ਲੈ ਦੇਵੇ ਬਾਪੂ ਕੋਟਣਾ ਮੈਂ ਸਸ ਕੁਟਣੀ ਕੁਟਣੀ ਸੰਦੂਕ ਲੈਣੀ ਮੈਂ ਸਸ ਕੁਟਣੀ ਕੁਟਣੀ ਸੰਦੂਕ ਆਵੇ ਦੇਖੋ ਕੋਟਣਾ ਵੀ ਸਪੈਸ਼ਲ ਲੱਕੜ ਦਾ ਉਹਨੇ ਉਹਨੇ ਮੰਗ ਕੀਤੀ ਆ ਸਸ ਦਾ ਮਾਣ ਹੈ ਹਮ ਸਸ ਦਾ ਸਤਕਾਰ ਹੈ ਸਸ ਦਾ ਅਦਬ ਹੈ ਵੀ ਮੈਂ ਉਹਦੇ ਲਈ ਸੰਦੂਕ ਜਰੂਰ ਖੜਨਾ ਪਰ ਸੰਦੂਕ ਕਿਕਰ ਦੀ ਲੱਕੜ ਦਾ ਹੋਣਾ ਚਾਹੀਦਾ ਪਰ ਜਦੋਂ ਕਿਤੇ ਗੁੱਸਾ ਦੇ ਜਿਵੇਂ ਉਹ ਜਦ ਕਹਿੰਦੀ ਉਹ ਤਾਂ ਕਿਸੇ ਵੇਲੇ ਮਾਇਏ ਨੂੰ ਪੈ ਜਾਂਦੀ ਆ ਕੇ ਤੇਰੇ ਜਹੇ ਨੂੰ ਵੇ ਮੈਂ ਟਿਚ ਨਾ ਜਾਣਦੀ ਤੇਰੇ ਜਹੇ ਨੂੰ ਵੇ ਮੈਂ ਟਿਚ ਨਾ ਜਾਣਦੀ ਤੇਰਾ ਮੇਰਾ ਬਣਦਾ ਦਾ ਦਾ ਮੇਚ ਮੁੰਡੇ ਆ ਤੈਨੂੰ ਨਾਬੇ ਦੀ ਮੰਡੀ 'ਚ ਆਉਂਦੇ ਮੁੰਡੇ ਆ ਪੈਨੂ ਨਾਵੇ ਦੀ ਮੰਡੀ ਚ ਆਵਾ ਵੇਚ ਮੁੰਡਿਆ ਕੀ ਬਾਤ ਹੈ ਬਹੁਤ ਖੂਬਸੂਰਤ ਪੰਛੀ ਜੀ ਤੁਸੀਂ ਸਟੂਡੀਓ ਦੇ ਵਿੱਚ ਆਏ ਤੁਸੀਂ ਇੰਨੀ ਬਖੂਬੀ ਇਹ ਪ੍ਰੋਗਰਾਮ ਨੂੰ ਨਿਭਾਇਆ ਬਹੁਤ ਵਧੀਆ ਤਰੀਕੇ ਦੇ ਨਾਲ ਸਮਝਾਇਆ ਤੇ ਹਰ ਇੱਕ ਗੀਤ ਦਿਲ ਨੂੰ ਚ ਹੁੰਦਾ ਸੀ ਤੁਹਾਡਾ ਬਹੁਤ ਬਹੁਤ ਸ਼ੁਕਰਿਆ ਬਹੁਤ ਧੰਨਵਾਦ ਜੀ ਮੈਂ ਦੂਦ ਰਸ਼ਨ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਮਾਂ ਦਿੱਤਾ ਪੰਜਾਬੀਓ ਜਿਉਂਦੇ ਰਹੋ